ਯੂਪੀ ਸਰਕਾਰ ਉਸ ਕੇਸ ਦੇ ਵਿੱਚ ਜਿੰਨੀ ਇੱਕ ਅਣਗਹਿਲੀ ਦਿਖਾ ਰਹੀ ਸੀ ਤੇ ਸੂ ਮੋਟੋ ਜਿਹੜਾ ਇਹਦਾ ਲਿਆ ਜਾਣਾ ਸੀ ਗ੍ਰਹਿ ਮੰਤਰੀ ਨੇ ਉਹਨਾਂ ਦੇ ਬੇਟੇ ਨੇ ਇਹੋ ਜੀ ਘਟਨਾ ਕੀਤੀ ਤੇ ਕੇਸ ਦਾ ਵੱਡੇ ਹੋਣਾ ਬਣਦਾ ਸੀ ਅਸਲ ਗੱਲ ਨਹੀਂ ਮੰਨਦੇ ਕਿ ਸਾਸੀ ਹੰਕਾਰ ਦੇ ਵਿੱਚ ਸਾਡੀਆਂ ਹੀ ਬ੍ਰੇਕਾਂ ਫੇਲ ਹੋਈਆਂ ਸਾਡੀ ਸੋਚ ਹੀ ਇਸ ਗੱਲ ਤੇ ਟਿੱਕੀ ਹੋਈ ਆ ਕਿ ਅਸੀਂ ਹਰ ਚੀਜ਼ ਨੂੰ ਵੋਟਾਂ ਨਾਲ ਜਿੱਤ ਸਕਦੇ ਆ ਤੇ ਧੱਕੇ ਨਾਲ ਦਬਾ ਸਕਦੇ ਆ ਅਬਰਾ ਉਥੋਂ ਇਹ ਵੀ ਆਈਆਂ ਕਿ ਲੋਕ ਤਿਆਰ ਸੀ ਉਸ ਗੰਨੇ ਦੇ ਖੇਤ ਨੂੰ ਅੱਗ ਲਾਉਣ ਲਈ ਉਹ ਚਾਹੁੰਦੇ ਸੀ ਕਿ ਇਹਨੂੰ ਵੀ ਵੇਚੀ ਸਾੜ ਦੇਈਏ ਪਰ ਉਥੇ ਦੇ ਲੋਕ ਜਿਹੜੇ ਲੋਕਲ ਵਸਿੰਦੇ ਨੇ ਜਿਹੜੇ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਲੋਕ ਨੇ ਜਾਂ ਹੋਰ ਲੋਕ ਨੇ ਉਹਨਾਂ ਨੇ ਕਿਹਾ ਕਿ ਨਹੀਂ ਸਾਨੂੰ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਇਹਨਾਂ ਨੇ ਅੱਖਾਂ ਦੇ ਉੱਤੇ ਚਸ਼ਮਾ ਹੀ ਉਹ ਲਾਇਆ ਹੋਇਆ ਜਿਹਦੇ ਵਿੱਚ ਇਹਨਾਂ ਨੂੰ ਹਰ ਬੰਦਾ ਇੱਕ ਵੋਟ ਦੇ ਤੌਰ ਤੇ ਨਜ਼ਰ ਆਉਂਦਾ ਤੇ ਵੋਟ ਦੇ ਨਾਲ ਦੀ ਨਾਲ ਇਸ ਗੱਲ ਦੇ ਉੱਤੇ ਨਜ਼ਰ ਆਉਂਦਾ ਕਿ ਉਹਦੀ ਜਾਤ ਕਿਹੜਾ ਆ ਕਿਹੜੀ ਆ ਕਿ ਉਹਦਾ ਧਰਮ ਕਿਹੜਾ ਆ ਪੰਜ ਮੈਮਰੀ ਬਫਰ ਤੇ 6ਵੇਂ ਦਿਨ ਉਤੇ ਪਹੁੰਚਿਆ ਬੜਾ ਧੰਨਵਾਦ ਕਰਨਾ ਚਾਹੀਦਾ ਇਹਨਾਂ ਲੋਕਾਂ ਦਾ ਉਹਨਾਂ ਲੋਕਾਂ ਦਾ ਜੇਕਰ ਇੱਕ ਮਨਿਸਟਰ ਦੇ ਪੁੱਤਰ ਨੂੰ ਐਕਸੀਡੈਂਟ ਹੋ ਗਿਆ ਜੇ ਉਸੇ ਵੇਲੇ ਉਹ ਵੀ ਉੱਤਰ ਕੇ ਕਹਿ ਦਿੰਦਾ ਕਿ ਮੇਤੋਂ ਗਲਤੀ ਹੋਈ ਹੈ ਜਾਂ ਦੂਸਰੇ ਦਿਨ ਉਹਦਾ ਬਾਪ ਉਹਨਾਂ ਲੋਕਾਂ ਨੂੰ ਬਣਾਉਣ ਚੱਲਿਆ ਜਾਂਦਾ ਤੇ ਸ਼ਾਇਦ ਇਹ ਜਿਹੜੀ ਘਟਨਾ ਹੈ ਉਹ ਨਾ ਵਾਪਰੇ ਇਹ ਗੱਲ ਅਕਾਲੀ ਦਲ ਦੀ ਕਰਦੇ ਆਂ ਇਨਾਂ ਤੋਂ ਇਹ ਤਵਕਕੋ ਕੀਤੀ ਜਾਂਦੀ ਸੀ ਕਿ ਇਹ ਪਹਿਲੇ ਦਿਨ ਹੀ ਉੱਥੇ ਪਹੁੰਚਦੇ। ਇਨਾਂ ਦੇ ਕਿਸੇ ਵੀ ਵੱਡੇ ਲੀਡਰ ਨੇ ਹਾਲੇ ਤੱਕ ਕੋਈ ਬਹੁਤ ਵੱਡਾ ਬਿਆਨ ਵੀ ਨਹੀਂ ਦਿੱਤਾ। ਇਦਾਂ ਲੱਗਦਾ ਕਿ ਇਹ ਭਾਜਪਾ ਨੇ ਇੱਕ ਸੋਚੀ ਹੋਈ ਸਾਜ਼ਿਸ਼ ਸੀ। ਇਹ ਕਿਸਾਨ ਅੰਦੋਲਨ ਨੂੰ ਸੈਬੋਟੇਜ ਕਰਨ ਦਾ ਹੀ ਇੱਕ ਫਾਰਮੂਲਾ ਸੀ। ਜਿਹਦੇ ਤੇ ਕੰਮ ਕਰਦਿਆਂ ਹੋਇਆ ਇਹਨਾਂ ਨੇ ਹੌਲੀ-ਹੌਲੀ ਮਾਹੌਲ ਬਣਾਉਣਾ ਸੀ ਪਰ ਉਸ ਘਟਨਾ ਨੇ ਇਹਨਾਂ ਦਾ ਜਿਹੜਾ ਮਾਹੌਲ ਸੀ ਉਹ ਖਰਾਬ ਕਰ ਦਿੱਤਾ। ਇਹ ਜਿਹੜੇ ਡੇਰੇ ਨੇ ਇਹ ਅਸਲ 'ਚ ਰਾਜਨੀਤੀ ਦੀ ਹੀ ਪ੍ਰਦਰਸ਼ ਨੇ। ਤੁਸੀਂ ਪੰਜਾਬ ਦਾ ਹਰਿਆਣਾ ਦਾ ਜਾਂ ਦਿੱਲੀ ਦਾ ਕੋਈ ਲੀਡਰ ਦਾ ਨਾਮ ਲੈ ਦਿਓ Google ਸਰਚ ਕਰ ਲਓ ਤੇ ਉਹਦੀ ਫੋਟੋ ਤੁਹਾਨੂੰ ਡੇਰੇ ਦੇ ਗੇਟ ਤੇ ਵੀ ਮਿਲਣਗੀ ਆ ਤੇ ਗੇਟ ਦੇ ਅੰਦਰ ਵੀ ਮਿਲਣਗੀ ਅੰਗਰੇਜ਼ ਐਸੀ ਵੰਡ ਕਰਕੇ ਗਏ ਤੇ ਸਾਡੇ ਲੋਕਾਂ ਵਿੱਚੇ ਹੀ ਭਾਰਤ ਵਾਲਿਆਂ ਵਿੱਚੇ ਹੀ ਪਾਕਿਸਤਾਨ ਵਾਲਿਆਂ ਵਿੱਚੇ ਕਦੇ ਵੀ 1 ਰੁਪਏ ਦੀ ਅਕਲ ਤੋਂ ਕੰਮ ਨਹੀਂ ਗਿਆ ਕੇਂਦਰ ਸਰਕਾਰ ਨੂੰ ਲੱਗਿਆ ਕਿ ਰਾਜ ਸਰਕਾਰਾਂ ਨੂੰ ਕੁਝ ਮਾਲੀਆ ਘੱਟ ਮਿਲਿਆ ਉਹਦੇ ਰੂਪ ਦੇ ਵਿੱਚ ਉਹਨਾਂ ਨੇ ਇੱਕ 40000 ਕਰੋੜ ਰੁਪਏ ਦੀ ਕਿਸ਼ਤ ਜਾਰੀ ਕੀਤੀ ਹੈ ਜਿਹੜੀ ਕਿ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਕਰਜ਼ੇ ਦੇ ਰੂਪ ਵਿੱਚ ਦਿੱਤੀ ਸਤਿ ਸ੍ਰੀ ਅਕਾਲ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਨ ਲਈ ਲੈ ਕੇ ਹਾਜ਼ਰ ਆ پروگرام ਵਿਚਾਰ ਚਰਚਾ ਲਖੀਮਪੁਰ ਖੀਰੀ ਵਿੱਚ ਅੱਜ ਸੁਪਰੀਮ ਕੋਰਟ ਵੱਲੋਂ ਦੂਜੇ ਦਿਨ ਵੀ ਇਸ ਕੇਸ ਨੂੰ ਲੈ ਕੇ ਸੁਣਵਾਈ ਕੀਤੀ ਗਈ ਹੈ ਇਸ ਬਾਰੇ ਅਸੀਂ ਵਿਸਥਾਰ ਨਾਲ ਚਰਚਾ ਕਰਾਂਗੇ ਨਾਲ ਦੀ ਨਾਲ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਸੀਬੀਆਈ ਦੀ ਅਦਾਲਤ ਵੱਲੋਂ ਤੇ ਜੰਮੂ ਕਸ਼ਮੀਰ ਵਿੱਚ ਮੰਦਭਾਗੀ ਘਟਨਾ ਵਾਪਰੀ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਇਹਨਾਂ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਅਮਰਿਤਪਾਲ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਸਤਿ ਸ਼ਕਲ ਹਰਪੀਤ ਜੀ ਸ਼ੁਕਰੀਆ ਜੀ ਸਰ ਸਭ ਤੋਂ ਪਹਿਲਾਂ ਗੱਲ ਕਰ ਲਈਏ ਪੱਖ ਦਾ ਮੁੱਦਾ ਜਿਹੜਾ ਅਸੀਂ ਕਹੀਏ ਕਿ ਬੇहद ਮੰਦ ਭਾਗਾ ਵੀ ਹੈ ਕਿ ਲਖੀਮਪੁਰ ਖੀਰੀ ਦੇ ਵਿੱਚ 8 ਬੰਦਿਆਂ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਸੁਣਵਾਈ ਕੀਤੀ ਜਾ ਰਹੀ ਹੈ ਸੁਪਰੀਮ ਕੋਰਟ ਖੁਸ਼ ਨਹੀਂ ਹੈ ਜੋ ਕੁਝ ਵੀ ਉੱਥੇ ਬੀਤਿਆ ਜੋ ਵੀ ਸਰਕਾਰ ਕਰ ਰਹੀ ਹੈ ਆਪਣੇ ਵੱਲੋਂ ਕਦਮ ਚੁੱਕ ਰਹੀ ਹੈ ਸੁਪਰੀਮ ਕੋਰਟ ਖੁਸ਼ ਨਜ਼ਰ ਨਹੀਂ ਆ ਰਹੀ ਕੀ ਕਹਿਣਾ ਚਾਹੋਗੇ ਹਰਪ੍ਰੀਤ ਜੀ ਇਸ ਤੋਂ ਪਹਿਲਾਂ ਜੇ ਅਸੀਂ ਸੁਪਰੀਮ ਕੋਰਟ ਦੀ ਜਾਂ ਉਸ ਮੁੱਦੇ ਦੀ ਗੱਲ ਕਰੀਏ ਜੀ ਮੈਨੂੰ ਯਾਦ ਆ ਥੋੜਾ ਥੋੜਾ ਕਿ ਇੱਕ ਦੋ ਵਾਰ ਇਹੋ ਜੀਆਂ ਕੋਰਟਸ ਨੇ ਫੈਸਲਾ ਦਿੱਤਾ ਕਿ ਕੋਈ ਵੀ ਐਦਾਂ ਦੀ ਫੋਟੋ ਜਾਂ ਕੋਈ ਵੀਡੀਓ ਜਿਹੜੀ ਆ ਉਹ ਨਾ ਦਿਖਾਈ ਜਾਵੇ ਜਿਹਦੇ ਨਾਲ ਲੋਕਾਂ ਨੂੰ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣੇ ਜੀ ਜਦੋਂ ਅਸੀਂ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਹਾਂ ਯੂਰੋਪੀਅਨ ਯੂਨੀਅਨ ਦੀ ਜਾਂ ਅਮਰੀਕਾ ਦੀ ਤੇ ਜਦੋਂ ਅਸੀਂ ਉੱਥੋਂ ਦੀਆਂ ਕੋਈ ਇਹੋ ਜੀਆਂ ਘਟਨਾਵਾਂ ਦੇਖਦੇ ਹਾਂ ਤੇ ਉਹ ਜਿਹੜੀਆਂ ਖੂਨ ਵਾਲੀਆਂ ਫੋਟੋਆਂ ਆ ਉਹ ਧੁੰਦਲੀਆਂ ਕਰਕੇ ਦਿਖਾਈਆਂ ਜਾਂਦੀਆਂ ਬਿਲਕੁਲ ਬਲਰ ਕੀਤੀਆਂ ਜਾਂਦੀਆਂ ਤੇ ਕੋਰਟਸ ਮਨੁੱਖੀ ਅਧਿਕਾਰਾਂ ਦਾ ਦੀ ਰੱਖਿਆ ਕਰਦੇ ਹੋਏ ਵੀ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਜਦ ਤੱਕ ਕੋਈ ਬੰਦਾ ਕਨਵਿਕਟ ਜਿਹੜਾ ਹੈ ਉਹ ਦੋਸ਼ੀ ਪਾਇਆ ਨਹੀਂ ਜਾਂਦਾ ਜਾਂਚ ਪੂਰੀ ਨਹੀਂ ਹੋ ਜਾਂਦੀ ਤਦ ਤੱਕ ਉਹਦੇ ਮੋਰੇ ਮੁਜ਼ਰਮ ਜਿਹੇ ਇਹੋ ਜਿਹੇ ਸ਼ਬਦ ਨਾਲ ਆਏ ਜਾਂਦੇ ਆ ਬਹੁਤ ਸਾਰੀਆਂ ਜਿਹੜੀਆਂ ਆ ਮਨੁੱਖੀ ਅਧਿਕਾਰ ਅਧਿਕਾਰਾਂ ਦੀ ਰਾਖੀ ਕਰਨ ਲਈ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਅਸੀਂ ਗੱਲ ਕਰਦੇ ਸੀ ਉਹਨਾਂ ਫੋਟੋਗ੍ਰਾਫਸ ਦੀ ਜਾਂ ਖੂਨ ਨੂੰ ਜਦੋਂ ਅਸੀਂ ਦੇਖਦੇ ਆ ਤੇ ਕੁਦਰਤੀ ਤੌਰ ਤੇ ਜਿਹੜਾ ਮਨਿਆ ਉਹ ਬਹੁਤ ਵਿਚਲਿਤ ਹੁੰਦਾ ਪਰੇਸ਼ਾਨ ਵੀ ਹੁੰਦਾ ਦੁੱਖ ਵੀ ਹੁੰਦਾ ਤੇ ਉਦਾਸੀ ਵੀ ਹੁੰਦੀ ਹੈ ਤੇ ਗੁੱਸਾ ਵੀ ਜਿਹੜਾ ਹੈ ਸੁਭਾਵਿਕ ਤੌਰ ਤੇ ਆਉਂਦਾ ਬਿਲਕੁਲ ਉਹੀ ਮੈਂ ਕਹਿੰਨ ਲੱਗ ਸਿ ਜਿਨ੍ਹਾਂ ਨਾਲ ਬੀਤਦੀ ਹੈ ਉਹਨਾਂ ਦਾ ਖੂਨ ਉਬਾਲੇ ਵੀ ਖਾਣ ਲੱਗਦਾ ਬਿਲਕੁਲ ਮੈਂ ਉਹਨਾਂ ਨਾਲ ਤੇ ਹੁੰਦਾ ਹੁੰਦਾ ਜਿਸ ਦਿਨ ਤੋਂ ਮੇਰਾ خیال ਹੈ ਇਹ ਅੱਜ ਐਤਵਾਰ ਦੀ ਘਟਨਾ ਹੈ ਤੇ ਅਸੀਂ ਸ਼ੁੱਕਰਵਾਰੇ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਹਫਤਾ ਹੋਣ ਨੂੰ ਆਇਆ ਕੱਲ ਦਾ ਦਿਨ ਵਿੱਚ ਰਹਿ ਗਿਆ ਬਿਲਕੁਲ 5 6 ਦਿਨ ਹੋ ਗਏ ਆ ਧਿਆਨ ਜਿਹੜਾ ਆ ਉਸੇ ਗੱਲ ਤੇ ਲੱਗਿਆ ਹੋਇਆ ਕਿ ਕਿਵੇਂ ਕੁਝ ਲੋਕ ਤੁਰੇ ਜਾ ਰਹੇ ਨੇ ਤੇ ਕਿਵੇਂ ਕੋਈ ਬੰਦਾ ਇੱਕ ਕਾਰ ਦੇ ਵਿੱਚ ਇੱਕ ਜੀਪ ਦੇ ਵਿੱਚ ਬੈਠ ਕੇ ਸਿੱਧੀ ਉਹਨਾਂ ਨੂੰ ਟੱਕਰ ਮਾਰ ਸਕਦਾ ਬਿਲਕੁਲ ਇੱਕ ਤੋਂ ਬਾਅਦ ਇੱਕ ਗੱਡੀਆਂ ਆਉਂਦੀਆਂ ਫਿਰ ਟੱਕਰ ਮਾਰਾਂ ਉਸ ਤੋਂ ਬਾਅਦ ਉਹ ਜਿਹੜੀ 28 ਸੈਕਿੰਡ ਦੀ ਵੀਡੀਓ ਆ ਉਹਨੇ ਯਕੀਨ ਕਰੋ ਭਈ 5 ਦਿਨ ਹੋ ਗਏ ਆ ਦਿਮਾਗ ਜਿਹੜਾ ਆ ਉਸੇ ਗੱਲ ਦੇ ਉੱਤੇ ਲਾਇਆ ਹੋਇਆ ਹੂੰ ਬਿਲਕੁਲ ਤੇ ਫਿਰ ਧਿਆਨ ਉਸ ਗੱਲ ਤੇ ਜਾਂਦਾ ਦਿਮਾਗ ਉਸ ਗੱਲ ਤੇ ਜਾਂਦਾ ਕਿ ਉਹ ਘਰ ਵਾਲੇ ਜਿਹੜੇ ਲੋਕ ਨੇ ਜਿੱਦਾਂ ਜਿੰਨਾ ਦੁੱਖ ਤੁਸੀਂ ਦੱਸਿਆ ਕਿ ਜਿੱਦਾਂ ਜਿੱਦਾਂ ਨੇੜੇ ਹੁੰਦਾ ਜਿੰਨੀ ਘਟਨਾ ਉਹ ਕਿਸੇ ਨੇੜਲੇ ਦੇ ਵਾਪਰਦੀ ਆ ਤੇ ਉਹਦੀ ਪਰੇਸ਼ਾਨੀ ਦਾ ਸਵੱਬ ਜਿਹੜਾ ਆ ਉਹ ਉਨਾ ਹੀ ਵੱਧ ਹੁੰਦਾ ਬਿਲਕੁਲ ਸੁਪਰੀਮ ਕੋਰਟ ਨੇ ਇਸ ਕੇਸ ਨੂੰ ਸੂ ਮੋਟੋ ਲੈ ਕੇ ਦੇਖਿਆ ਐਡਵੋਕੇਟ ਤਰਪਾਠੀ ਜੀ ਨੇ ਉੱਥੇ ਸ਼ਿਵ ਕੁਮਾਰ ਤਰਪਾਠੀ ਜੀ ਕੋਈ ਸੁਪਰੀਮ ਕੋਰਟ ਚ ਉਹਨਾਂ ਨੇ ਚਿੱਠੀ ਲਿਖੀ ਰਮੰਨਾ ਜੀ ਨੂੰ ਤੇ ਲੱਗਦਾ ਹੀ ਸੀ ਕਿ ਉਹ ਕੇ ਯੂਪੀ ਸਰਕਾਰ ਉਸ ਕੇਸ ਦੇ ਵਿੱਚ ਜਿੰਨੀ ਕਿ ਅਣਗਹਿਲੀ ਦਿਖਾਰੀ ਸੀ ਤੇ ਉਸੂ ਮੋਟਰ ਜਿਹੜਾ ਇਹਦਾ ਲਿਆ ਜਾਣਾ ਸੀ ਜਸਟਿਸ ਰਮੰਨਾ ਨੂੰ ਸਾਰਾ ਦੇ ਸਾਰਾ ਦੇਸ਼ ਬੜੀ ਸ਼ਿੱਦਤ ਦੀ ਨਜ਼ਰ ਨਾਲ ਦੇਖਦਾ ਕਿ ਉਹ ਜਸਟਿਸ ਨੂੰ ਲੈ ਕੇ ਬਹੁਤ ਤਤਪਰ ਰਹਿੰਦੇ ਨੇ ਕਾਲੇ ਰਹਿੰਦੇ ਨੇ ਉਹ ਕੇਸ ਦੀ ਕੱਲ ਉਹਨਾਂ ਨੇ ਸੁਣਵਾਈ ਕੀਤੀ ਤੇ ਕੋਰਟ ਨੂੰ ਕਿਹਾ ਯੂਪੀ ਸਰਕਾਰ ਨੂੰ ਕੋਰਟ ਨੇ ਕਿਹਾ ਕਿ ਆਪਣੇ ਤੱਥ ਜਿਹੜੇ ਆ ਪੇਸ਼ ਕਰੋ ਤੁਸੀਂ ਹੁਣ ਤੱਕ ਇਹਦੇ ਚ ਕੀ ਕੀਤਾ ਤੇ ਕੀ ਨਹੀਂ ਕੀਤਾ ਅੱਜ ਵੀ ਸੁਣਵਾਈ ਕਰਦੇ ਆ ਜਸਟਿਸ ਸੂਰਿਆਕਾਂਤ ਤੇ ਜਸਟਿਸ ਹਿਮਾ ਕੋਲੀ ਉਹਨਾਂ ਦੇ ਨਾਲ ਸੀ ਜਸਟਿਸ ਐਨਵੀ ਰਮੰਨਾ ਜਿਹੜੇ ਚੀਫ ਜਸਟਿਸ ਨੇ ਜੀ ਉਹਨਾਂ ਨੇ ਕਿਹਾ ਕਿ ਸਾਨੂੰ ਅਣਗਿਣਤ ਮੇਲਸ ਚਿੱਠੀਆਂ ਸੁਨੇਹੇ ਮੈਸੇਜ ਜਿਹੜੇ ਆ ਉਹ ਲਗਾਤਾਰ ਆ ਰਹੇ ਨੇ ਉਸ ਕੇਸ ਨੂੰ ਲੈ ਕੇ ਜੀ ਇੱਕ ਵੱਡੀ ਘਟਨਾ ਤੁਰੇ ਜਾਂਦੇ ਲੋਕਾਂ ਨੂੰ ਇੱਕ ਦੇਸ਼ ਦੇ ਗ੍ਰਹਿ ਮੰਤਰੀ ਦੇ ਪੁੱਤਰ ਵੱਲੋਂ ਗ੍ਰਹਿ ਰਾਜ ਮੰਤਰੀ ਤੁਸੀਂ ਉਹਨੂੰ ਕਹਿ ਲਓ ਆਫਿਸ ਉਹਦਾ ਇੱਕ ਸਟੈਪ ਛੋਟਾ ਰੱਖ ਲਓ ਅਮੇਤ ਸ਼ਾਹ ਤੋਂ ਪਰ ਉਹ ਹੈ ਤਾਂ ਉਸੇ ਆਫਿਸ ਦੇ ਵਿੱਚ ਮੰਤਰੀ ਤਾਂ ਮਿਨਿਸਟਰ ਫਾਰ ਹੋਮ ਹੀ ਆ ਉਹ ਦੇਸ਼ ਦਾ ਗ੍ਰਹਿ ਮੰਤਰੀ ਹੀ ਹੈ ਭਾਵੇਂ ਉਹਦੇ ਕੋਲ ਰਾਜ ਮੰਤਰੀ ਦਾ ਦਰਜਾ ਹੈ ਜੇ ਕੱਲ ਅਮੇਸ਼ਾ ਕਿਤੇ ਛੁੱਟੀ ਤੇ ਜਾਣ ਤੇ ਡਿਊਟੀ ਉਹਨਾਂ ਦੀ ਹੋਈ ਬਣਦੀ ਹੈ ਹਾਲਾਂਕਿ ਜੇ ਐਸੀ ਕਹੀਏ ਕਿ ਜਿਹੜਾ ਕਾਨੂੰਨ ਹੈ ਉਹ ਹੱਥ ਵਿੱਚ ਲੈਣ ਦੀ ਆਗਿਆ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ ਤੇ ਫਿਰ ਜਿਹੜੇ ਆਪ ਪਾਵਰ ਚ ਨੇ ਜਿਹੜੇ ਕਾਨੂੰਨ ਦੀ ਸਭ ਤੋਂ ਵੱਡੀ ਸੀਟ ਤੇ ਬੈਠੇ ਨੇ ਹੋਮ ਮੰ minister ਨੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਬੇਟੇ ਨੇ ਇਹੋ ਜੀ ਘਟਨਾ ਕੀਤੀ ਤੇ ਕੇਸ ਦਾ ਵੱਡੇ ਹੋਣਾ ਬਣਦਾ ਸੀ ਫਿਰ ਸਮੇਂ-ਸਮੇਂ ਤੇ ਜਿਹੋ ਜੀਆਂ ਵੀਡੀਓਜ਼ ਆ ਰਹੀਆਂ ਹੂੰ ਬਿਲਕੁਲ ਇੱਕ ਟੱਕਰ ਮਾਰਦੀਆਂ ਦੀ ਵੀਡੀਓ ਆ ਰਹੀ ਆ ਉਸ ਤੋਂ ਬਾਅਦ ਭਾਜਪਾ ਦੇ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਗੱਡੀ ਜਿਹੜੀ ਆ ਉਹਦੇ ਸ਼ੀਸ਼ੇ ਤੋੜ ਦਿੱਤੇ ਗਏ ਸੀ ਤੇ ਡਰਾਈਵਰ ਬੇਹੋਸ਼ ਹੋ ਗਿਆ ਸੀ ਹੂੰ ਬਿਲਕੁਲ ਫਿਰ ਥੋੜੇ ਕੁ ਘੰਟਿਆਂ ਬਾਅਦ ਜਾਂ ਦੂਸਰੇ ਦਿਨ ਘਟਨਾ ਦੇ ਵਿੱਚ ਆ ਗਿਆ ਕਿ ਉਹਦਾ ਜਿਹੜਾ ਆ ਉਹਦੀਆਂ ਜਿਹੜੀਆਂ ਸਟੇering ਸੀਗਾ ਉਹ ਖਰਾਬ ਹੋ ਗਿਆ ਸੀ ਜਾਂ ਬ੍ਰੇਕਸ ਫੇਲ ਹੋ ਗਈਆਂ ਸੀ ਜੀ ਅਸਲ ਗੱਲ ਨਹੀਂ ਮੰਨਦੇ ਕਿ ਸਾਸੀ ਹੰਕਾਰ ਦੇ ਵਿੱਚ ਸਾਡੀਆਂ ਹੀ ਬ੍ਰੇਕਾਂ ਫੇਲ ਹੋਈਆਂ ਸਾਡੀ ਸੋਚ ਹੀ ਇਸ ਗੱਲ ਤੇ ਟਿਕੀ ਹੋਈ ਆ ਕਿ ਅਸੀਂ ਹਰ ਚੀਜ਼ ਨੂੰ ਵੋਟਾਂ ਨਾਲ ਜਿੱਤ ਸਕਦੇ ਆ ਤੇ ਧੱਕੇ ਨਾਲ ਦਬਾ ਸਕਦੇ ਆ ਫਿਰ ਕੋਰਟ ਦੇ ਵਿੱਚ ਕੋਰਟ ਨੇ ਅੱਜ ਦੀ ਸੁਣਵਾਈ ਦੇ ਦੌਰਾਨ ਵੀ ਇਹੀ ਕੇਸ ਅਸੀਂ ਇਹੀ ਕਿਹਾ ਕਿ ਅਸੀਂ ਯੂਪੀ ਸਰਕਾਰ ਦੀ ਕਾਰਜਕਾਰੀ ਤੋਂ ਬਿਲਕੁਲ ਸੰਤੁਸ਼ਟ ਨਹੀਂ ਆ ਬਿਲਕੁਲ ਫਿਰ ਨਾਲ ਦੀ ਨਾਲ ਉਹਨਾਂ ਨੇ ਇੱਕ ਗੱਲ ਹੋਰ ਬੋਲ ਕੇ ਦੱਸੀ ਕੱਲ ਦੀ ਸੁਣਵਾਈ ਦੇ ਵਿੱਚ ਵੀ ਕਿ ਸਾਨੂੰ ਜਸਟਿਸ ਨੇ ਕਿਹਾ ਜਸਟਿਸ ਐਨਵੀ ਰਮੰਨਾ ਨੇ ਕਿਹਾ ਕਿ ਸਾਨੂੰ ਖਬਰ ਮਿਲੀ ਆ ਕਿ ਇੱਕ ਜਿਹੜਾ ਬੰਦਾ ਜਿਹਦੀ ਮੌਤ ਹੋਈ ਆ ਉਹ ਘਰਦਿਆਂ ਦਾ ਇਕਲੌਤਾ ਪੁੱਤ ਸੀ ਉਹਦੀ ਮਾਂ ਜਿਹੜੀ ਉਹ ਹੋਸ਼ ਨਹੀਂ ਆ ਤੇ ਇਹ ਵੀ ਖਬਰ ਮਿਲੀ ਆ ਕਿ ਉਹਨੂੰ ਹੱਲੇ ਤੱਕ ਹਸਪੀਟਲਾਈਜ਼ ਨਹੀਂ ਕਰਵਾਇਆ ਗਿਆ ਤੇ ਸਰਕਾਰ ਕੀ ਕਰ ਰਹੀ ਹੈ ਸੋ ਬਿਲਕੁਲ ਹੱਲੇ ਵੀ ਜੋ ਹਾਲਾਤ ਨੇ ਉਹ ਯੂਪੀ ਸਰਕਾਰ ਉਹਨਾਂ ਨੂੰ ਸਿਰਫ ਔਰ ਸਿਰਫ ਟਾਲ ਮਟੋਲ ਦੀ ਨੀਤੀ ਤੇ ਆ ਅੱਜ ਬਹੁਤ ਸਾਰੇ ਚੈਨਲਾਂ ਨੇ ਕੱਲ ਦੀ ਹੀ ਖਬਰ ਦੱਸੀ ਸੀ ਕਿ ਉਸ ਬੰਦੇ ਨੂੰ ਆਸ਼ੀਸ਼ ਮਿਸ਼ਰਾ ਜੀ ਦਾ ਨਾਂ ਆਜੇ ਮਿਸ਼ਰਾ ਦਾ ਬੇਟਾ ਜੀ ਜਿਹੜਾ ਕਿ ਉਸ ਕਾਰ ਦੇ ਵਿੱਚ ਸਵਾਰ ਦੱਸਿਆ ਜਾਂਦਾ ਬਾਅਦ ਵਿੱਚ ਉਹ ਗੋਲੀਆਂ ਚਲਾਉਂਦਾ ਭੱਜਿਆ ਹੋਇਆ ਵੀ ਦਿਖਾਇਆ ਜਾਂਦਾ ਤੇ ਉਹ ਦੱਸਿਆ ਜਾਂਦਾ ਕਿ ਉਸ ਕਿਸ ਖੇਤ 'ਚ ਲੁਕ ਗਿਆ ਤੇ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਕਿ ਖਬਰਾਂ ਉੱਥੋਂ ਇਹ ਵੀ ਆਈਆਂ ਕਿ ਲੋਕ ਤਿਆਰ ਸੀ ਉਸ ਗੰਨੇ ਦੇ ਖੇਤ ਨੂੰ ਅੱਗ ਲਾਉਣ ਲਈ ਜੀ ਉਹ ਚਾਹੁੰਦੇ ਸੀ ਕਿ ਇਹਨੂੰ ਵੀ ਵੇਚੀ ਸਾੜ ਦਈਏ ਪਰ ਉੱਥੇ ਦੇ ਲੋਕ ਜਿਹੜੇ ਲੋਕਲ ਵਸਿੰਦੇ ਨੇ ਜਿਹੜੇ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਲੋਕ ਨੇ ਜਾਂ ਹੋਰ ਲੋਕ ਨੇ ਉਹਨਾਂ ਨੇ ਕਿਹਾ ਕਿ ਨਹੀਂ ਸਾਨੂੰ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਅਪੁਸ਼ਟ ਖਬਰਾਂ ਆ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਖਬਰਾਂ ਇਹ ਵੀ ਆ ਕਿ ਜਿਹੜੇ ਉੱਥੇ 3-4 ਲੋਕ ਮਰੇ ਨੇ ਉਹਨਾਂ ਨੂੰ ਮਾਰਨ ਦੇ ਵਿੱਚ ਵੀ ਇਹ ਅੰਦੋਲਨਕਾਰੀ ਲੋਕਾਂ ਦਾ ਹੱਥ ਘਟਿਆ ਤੇ ਕੁਝ ਸਾਜ਼ਿਸ਼ਕਾਰੀ ਲੋਕਾਂ ਦਾ ਹੱਥ ਜ਼ਿਆਦਾ ਆ ਕਿਉਂਕਿ ਉਹ ਇਸ ਕੇਸ ਨੂੰ ਦੂਜੀ ਰੰਗਤ ਦੇਣਾ ਚਾਹੁੰਦੇ ਸੀ ਕਿਉਂਕਿ ਗੱਡੀਆਂ ਜਿਹੜੀਆਂ ਆ ਉਹ ਪਹਿਲਾਂ ਇਹਨਾਂ ਨੂੰ ਮਾਰ ਚੁੱਕੀਆਂ ਸੀ ਤੇ ਉਸ ਤੋਂ ਬਾਅਦ ਦੀ ਜਿਹੜੀ ਘਟਨਾ ਆ ਉਹ ਜਿਹੜੀ ਆ ਉਹ ਦੂਸਰੇ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਖੈਰ ਇਹ ਤਾਂ ਜਿਹੜੀ ਗੱਲ ਆ ਬਾਅਦ ਵਿੱਚ ਜਾਂਚ ਦੇ ਸਾਹਮਣੇ ਆਊਗੀ ਉਹਦੀ ਵਜ੍ਹਾ ਜਾਂਚ ਦੇ ਵਿੱਚ ਵੀ ਸਾਰੀਆਂ ਗੱਲਾਂ ਤੇ ਸਪਸ਼ਟ ਹੋਣ ਦੀ ਹੁਣ ਵਜ੍ਹਾ ਇਸ ਕਰਕੇ ਆ ਇੱਕ ਤਾਂ ਸੁਪਰੀਮ ਕੋਰਟ ਦੇ ਨੱਕ 헤ਟਿਆ ਸਾਰੀ ਗੱਲ ਅੱਖਾਂ 헤ਟਿਆ ਤੇ ਦੂਸਰੀ ਸਭ ਤੋਂ ਵੱਡੀ ਗੱਲ ਇਹ ਆ ਕਿ ਹੁਣ ਹਰ ਬੰਦਾ ਆਪਣੇ ਜੇਬ ਦੇ ਵਿੱਚ ਇੱਕ ਮੋਬਾਈਲ ਫੋਨ ਲੈ ਕੇ ਚੱਲਦਾ ਤੇ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਆ ਉਹ ਸਾਹਮਣੇ ਆ ਜਾਣੀਆਂ ਕੁਝ ਆ ਰਹੀਆਂ ਕੁਝ ਹੋਰ ਆ ਜਾਣਗੀਆਂ ਕੁਝ ਸਿੱਧੀਆਂ ਵੀ ਕੋਰਟ ਤੱਕ ਜਾਂ ਵਕੀਲਾਂ ਤੱਕ ਪਹੁੰਚ ਜਾਣਗੀਆਂ ਬਿਲਕੁਲ ਲੋਕਾਂ ਨੂੰ ਹੁਣ ਆਪ ਜਿਹੜੇ ਲੋਕ ਕ੍ਰਾਈਮ ਕਰਦੇ ਘਟਕਟ ਉਹਨਾਂ ਨੂੰ ਇਹਨਾਂ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਹਰ ਕਿਸੇ ਦੀ ਜੇਬ ਦੇ ਵਿੱਚ ਕੈਮਰਾ ਹੈ ਤੇ ਇਹ ਉਹ ਬੰਦ ਨਹੀਂ ਰੱਖਦੇ ਕੈਮਰੇ ਚੱਲਦੇ ਹੁੰਦੇ ਆ ਜੀ ਤੇ ਗੱਲ ਹੁਣ ਇਹ ਆ ਰਹੀ ਸੀ ਕਿ ਕੱਲ ਅੱਜ ਸਵੇਰੇ 10 ਵਜੇ ਉਸ ਮਨਿਸਟਰ ਦੇ ਪੁੱਤਰ ਨੂੰ ਸਮਨ ਮਿਲ ਗਿਆ ਸੀ ਕਿ ਤੁਸੀਂ ਉਥੇ ਲੋਕਲ ਪੁਲਿਸ ਦੇ ਦਫਤਰ ਵਿੱਚ ਪੇਸ਼ ਹੋਣਾ ਹੈ ਜਿੱਥੇ ਤੁਹਾਡੀ ਜਾਂਚ ਪਿਛਾਣ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਉਹਨਾਂ ਨੂੰ ਸੱਦਿਆ ਗਿਆ ਸੀ ਬਿਲਕੁਲ ਪਹਿਲਾਂ ਤਾਂ ਦੇਖੋ ਐਫ ਆਈ ਆਰ ਦੇ ਵਿੱਚ 120 ਬੀ 307 302 304 ਤੇ ਹੋਰ ਸਾਰੀਆਂ ਧਾਰਾਵਾਂ ਜਿਹੜੀਆਂ ਹਥਿਆਰ ਰੱਖਣ ਦੀਆਂ ਰੋਡ ਸਾਈਡ ਰੋਡ ਦੇ ਉੱਤੇ ਗਲਤ ਡਰਾਈਵਿੰਗ ਕਰਨ ਦੀਆਂ ਲੋਕਾਂ ਨੂੰ ਕੁਚਲਣ ਦੀਆਂ ਮਾਰਨ ਦੀਆਂ ਇਰਾਦਾ ਕਤਲ ਦੀਆਂ IPC Indian Penal Code ਜਿਹਨੂੰ ਅਸੀਂ ਕਾਨੂੰਨ ਦੀ ਕਿਤਾਬ ਕਹਿੰਦੇ ਆ ਉਹਦੇ ਵਿੱਚ ਸਭ ਤੋਂ ਵੱਡੀ ਧਾਰਾ 302 ਆ ਬਿਲਕੁਲ ਇਸ ਤੋਂ ਬਾਅਦ ਹੋਰ ਕੋਈ ਵੱਡੀ ਧਾਰਾ ਨਹੀਂ ਜਦੋਂ ਉਹਦੇ ਨਾਲ 120B ਲੱਗਦੀ ਆ ਤੇ ਇਹ ਲੱਗਦਾ ਆ ਕਿ ਬੰਦੇ ਨੂੰ ਪਹਿਲਾਂ ਛੜੀ ਅੰਤਰ ਰਚਿਆ ਬਾਅਦ ਵਿੱਚ ਮਾਰਿਆ ਗਿਆ ਪਲਾਨਡ ਮਰਡਰ ਬਿਲਕੁਲ ਦੇਖ ਹੁੰਦਾ ਕਿ ਤੁਹਾਡੀ ਕਿਸੇ ਨਾਲ ਲੜਾਈ ਹੋ ਗਈ ਉਹਨੇ ਤੁਹਾਡੇ ਤੇ ਹਮਲਾ ਕੀਤਾ ਤੁਸੀਂ ਉਹਤੇ ਹਮਲਾ ਕਰਤਾ ਉਹ ਬੰਦਾ ਮਰ ਗਿਆ ਉਹਨੂੰ ਤੁਸੀਂ 302 ਚ ਤਾਂ ਰੱਖ ਸਕਦੇ ਆ ਬਿਲਕੁਲ ਪਰ ਉਹ ਪਲਾਨਡ ਮਰਡਰ ਨਹੀਂ ਆ ਹੂੰ ਸ਼ੜਯੰਤਰ ਪੂਰਾ ਤੁਸੀਂ ਗੱਡੀ ਦੇ ਵਿੱਚ ਆ ਹਥਿਆਰ ਤੁਹਾਡੇ ਕੋਲ ਆ ਤੁਸੀਂ ਪਹਿਲਾਂ ਟੱਕਰ ਮਾਰੀ ਆ ਬਾਅਦ ਵਿੱਚ ਤੁਸੀਂ ਉੱਤਰ ਕੇ ਦੌੜੇ ਆ ਤੁਹਾਨੂੰ ਕਿਸੇ ਨੇ ਫੜਨ ਦਾ ਯਤਨ ਕੀਤਾ ਤੁਸੀਂ ਉਹਦੇ ਗੋਲੀ ਮਾਰੀ ਆ ਇਹ ਸਾਰੀਆਂ ਘਟਨਾਵਾਂ ਜਿਹੜੀ ਇੰਨੇ ਵੱਡੇ ਗੁਨਾਹ ਇੰਨੀ ਵੱਡੀ ਐਫ ਆਈ ਆਰ ਇਨਾ ਵੱਡਾ ਬੰਦਾ ਹੋਣ ਦੇ ਬਾਵਜੂਦ ਵੀ ਪੁਲਿਸ ਉਹਨੂੰ ਕਿਸ ਚੀਜ਼ ਲਈ ਸਾਧ ਰਹੀ ਆ ਜਾਂਚ ਵਿੱਚ ਸ਼ਾਮਲ ਹੋਣ ਬਿਲਕੁਲ ਇਨਵੈਸਟੀਗੇਸ਼ਨ ਕਰਨ ਲਈ ਤੇ ਇੱਥੇ ਤੁਹਾਡੇ ਕਿਸੇ ਚੰਗੇ ਬੰਦੇ ਦਾ ਕੁੱਤਾ ਵੀ ਤੁਹਾਡੀ ਗੱਡੀ ਥੱਲੇ ਆ ਕੇ ਮਰ ਜਾਏ ਨਾ ਬਿਲਕੁਲ ਤੇ ਤੁਹਾਨੂੰ ਬਿਫਤਾ ਪਈ ਰਹਿੰਦੀ ਆ ਵੀ ਤੁਸੀਂ ਜਾਣਾ ਕਿੱਥੇ ਆ ਤੇ ਬਚਣਾ ਕਿਦਾਂ ਹੂੰ ਉਦੇ ਘਰ ਨੂੰ ਤਾਲਾ ਲੱਗਿਆ ਹੋਇਆ ਉਹ ਆਪ ਅੱਜ ਜਾਂਚ ਵਿੱਚ ਸ਼ਾਮਿਲ ਹੋਣ ਲਈ ਨਹੀਂ ਆਇਆ ਤੇ ਹੁਣ ਜਦ ਤੱਕ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤੇ ਖਬਰਾਂ ਇਹ ਹੀ ਨੇ ਕਿ ਉਹ ਉਥੋਂ ਨੇਪਾਲ ਜਿਹੜਾ ਆ ਜਾ ਚੁੱਕਿਆ ਅਸੀਂ ਜਾਣਦੇ ਹਾਂ ਕਿ ਭਾਰਤ ਤੇ ਪਾਕ ਨੇਪਾਲ ਦਾ ਬਾਰਡਰ ਦਾ ਜ਼ਿਲ੍ਹਾ ਹੈ ਲਖੀਮਪੁਰ ਖੀਰੀ ਤੇ ਪਾਕ ਨੇਪਾਲ ਸੌਰੀ ਪਾਕਿਸਤਾਨ ਦਿਮਾਗ ਚ ਪਤਾ ਨਹੀਂ ਕਿੱਥੋਂ ਆ ਰਿਹਾ ਨੇਪਾਲ ਇੱਕੋ ਮਾਤਰ ਦੇਸ਼ ਆ ਜਿੱਥੇ ਜਾਣ ਲਈ ਸਾਨੂੰ ਉਥੋਂ ਸਾਡੇ ਬਾਰਡਰ ਵੀ ਉਹਨਾਂ ਨਾਲ ਲੱਗਦੇ ਆ ਤੇ ਸਾਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਹੁੰਦੀ ਤੇ ਉਹ ਰਸੂਖਦਾਰ ਲੋਕ ਨੇ ਤੇ ਉਥੋਂ ਨੇਪਾਲ ਚਲੇ ਗਏ ਨੇ ਤੇ ਇਹ ਕੋਈ ਪਹਿਲੀ ਵਾਰ ਦੀ ਘਟਨਾ ਨਹੀਂ ਹੈ ਜਦੋਂ ਬਹੁਤ ਪਾਵਰਫੁੱਲ ਲੋਕ ਇਥੋਂ ਮੁਲਕ ਛੱਡ ਕੇ ਚਲੇ ਜਾਂਦੇ ਨੇ ਤੇ ਪਤਾ ਬਾਅਦ ਵਿੱਚ ਲੱਗਦਾ ਹੂੰ ਛੋਟੇ ਮੋਟੇ ਲੋਕਾਂ ਲਈ ਜਿਹੜੇ ਆ ਉਹ ਰੈੱਡ ਕਾਰਨਰ ਨੋਟਿਸ ਜਾਰੀ ਹੁੰਦੇ ਨੇ ਉਹਨਾਂ ਦੇ ਪਾਸਪੋਰਟ ਜ਼ਬਤ ਕੀਤੇ ਜਾਂਦੇ ਨੇ ਜਾਂ ਹੋਰ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਹੂੰ ਪੰਜਵੇਂ ਦਿਨ ਜਾਂ ਛੇਵੇਂ ਦਿਨ ਉਹ ਬੰਦਾ ਨੇਪਾਲ ਗਿਆ ਪਹਿਲਾਂ ਤਾਂ ਉਹ ਪ੍ਰੈਸ ਕਾਨਫਰੰਸ ਕਰਦਾ ਰਿਹਾ ਬਿਲਕੁਲ ਐਫ ਆਈ ਆਰ ਤੇ ਦੂਸਰੇ ਦਿਨ ਦੀ ਦਰਜ ਆ ਪਰ ਇਹ ਸਰਕਾਰ ਚਾਹੁੰਦੀ ਨਹੀਂ ਸੀ ਉਹਨੂੰ ਫੜਨਾ ਇਸ ਤੋਂ ਪਹਿਲਾਂ ਅਸੀਂ ਦੇਖ ਚੁੱਕੇ ਹਾਂ ਕਿ ਹਜ਼ਾਰਾਂ ਹਜ਼ਾਰਾਂ ਕਰੋੜ ਰੁਪਏ ਬੈਂਕਾਂ ਤੋਂ ਲੈ ਕੇ ਇਸੇ ਸਰਕਾਰ ਦੇ ਰਾਜ ਮੰਤਰੀ ਇਸੇ ਸਰਕਾਰ ਦੇ ਰਾਜ ਸਭਾ ਮੈਂਬਰ ਜਿਹੜੇ ਨੇ ਉਹ ਦੇਸ਼ ਛੱਡ ਕੇ ਬਾਹਰ ਬੈਠੇ ਨੇ ਤੇ ਕਈ ਵਾਰ ਉਹਨਾਂ ਨੂੰ ਫੜਨ ਗਈਆਂ ਉਹੜੀਆਂ ਪੁਲਿਸ ਆ ਉਹਨਾਂ ਨੂੰ ਖਾਲੀ ਹੱਥ ਲੌਟਣਾ ਪੈਂਦਾ ਉਹ ਕਦੀ ਕੋਈ ਐਂਟੀਗੋਆ ਬੈਠਾ ਤੇ ਕੋਈ ਇੰਗਲੈਂਡ ਬੈਠਾ ਤੇ ਕੋਈ ਕਿਤੇ ਕ੍ਰਿਕਟ ਦੇ ਮੈਚ ਦੇਖਦਾ ਨਜ਼ਰ ਆਉਂਦਾ ਸੀ ਉਹ ਸਾਰੇ ਸਾਰੇ ਚੀਜ਼ਾਂ ਜਾਣਦੇ ਬਾਅਦ ਚ ਉਹਨਾਂ ਦੇ ਕਰਜ਼ੇ ਵੀ ਮਾਫ ਕਰ ਦਿੱਤੇ ਜਾਂਦੇ ਬਿਲਕੁਲ ਕਰਜ਼ੇ ਤਾਂ ਚਲੋ ਮਾਫ ਕਰਤੇ ਜਾਂਦੇ ਨੇ ਪਰ ਇੱਥੇ ਤਾਂ ਮਰਡਰਰ ਮਾਫ ਕੀਤੇ ਜਾਂਦੇ ਨਹੀਂ ਬਿਲਕੁਲ ਬਿਲਕੁਲ ਸ਼ਰਮਾ ਜੀ ਜੇ ਤੁਸੀਂ ਗੱਲ ਕਰੀਏ ਤੁਸੀਂ ਗੱਲ ਕਰ ਰਹੇ ਹੋ ਆਸ਼ੀਸ਼ ਮਿਸ਼ਰਾ ਦੀ ਅਜੇ ਮਿਸ਼ਰਾ ਦੇ ਬੇਟੇ ਜਿਹੜੇ ਕਿ ਹੁਣ ਫਰਾਰ ਚੱਲ ਰਹੇ ਨੇ ਸੋ ਉਹਨਾਂ ਦੀ ਲੋਕੇਸ਼ਨ ਹੈ ਜਿਹੜੀ ਉਹ ਚੇਂਜ ਹੋ ਕੇ ਆ ਰਹੀ ਹੈ ਉਹ ਆਪਣੀ ਲੋਕੇਸ਼ਨ ਬਦਲ ਰਹੇ ਨੇ ਮਤਲਬ ਕਹਿੰਦਾ ਮਤਲਬ ਇਹ ਕਿ ਉਹ ਭੱਜ ਰਹੇ ਨੇ ਕਦੀ ਉਹ ਨੇਪਾਲ ਜਾ ਰਹੇ ਨੇ ਕਦੀ ਉਹਨਾਂ ਦੀ ਜਿਹੜੀ ਲੋਕੇਸ਼ਨ ਹੈ ਉਹ ਉੱਤਰਾਖੰਡ ਦੀ ਟ੍ਰੇਸ ਹੋ ਰਹੀ ਹੈ ਕਿ ਅਜੇ ਮਿਸ਼ਰਾ ਨਹੀਂ ਜਾਣਦੇ ਹੋਣਗੇ ਕਿ ਉਹਨਾਂ ਦਾ ਬੇਟਾ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਤੇ ਸਵਾਲ ਹੀ ਨਹੀਂ ਨਾ ਪੁੱਛਣ ਵਾਲਾ ਜੀ ਜੇਕਰ ਉਹ ਨਹੀਂ ਜਾਣਦੇ ਹੁੰਦੇ ਤਾਂ ਉਹ ਦੂਸਰੇ ਤੀਸਰੇ ਦਿਨ ਅਮਿਤ ਸ਼ਾਹ ਨੂੰ ਮਿਲਣ ਜਾਂਦੇ ਤੇ ਉਹ ਵੀ ਭੱਜਦੇ ਹੂੰ ਉਹਨਾਂ ਨੂੰ ਸਰਕਾਰ ਤੋਂ ਥਾਪੜਾ ਮਿਲ ਚੁੱਕਿਆ ਇਹਦੀ ਅਸੀਂ ਬੀਂਗੇ ਬ੍ਰਾਹਮਣ ਮੈਂ ਆਪ ਗੱਲ ਕਰਦਾ ਕਿ ਯੂਪੀ ਦੇ ਵਿੱਚ ਉਹ ਇੱਕੋ ਮਾਤਰ ਬ੍ਰਾਹਮਣ ਮਨਿਸਟਰ ਆ ਹੂੰ ਉਹਨਾਂ ਨੂੰ ਸਮਝ ਆਉਂਦੀ ਆ ਕਿ ਕਿਸਾਨਾਂ ਨਾਲ ਸਾਡਾ ਝਗੜਾ ਹੋ ਗਿਆ ਇਹ ਸਾਨੂੰ ਵੋਟਾਂ ਨਹੀਂ ਦੇਣਗੇ ਤੇ ਜੇ ਅਸੀਂ ਇਸ ਮਿਨਿਸਟਰ ਤੋਂ ਅਸਤੀਫਾ ਲੈ ਕੇ ਇਹਦੇ ਮੁੰਡੇ ਨੂੰ ਵੀ ਅੰਦਰ ਦੇ ਦਿੰਨੇ ਆ ਤਾਂ ਸਾਡੇ ਨਾਲ ਜਿਹੜੀ ਦੂਸਰੀ ਧਿਰ ਹੈ ਉਹ ਵੀ ਨਾਰਾਜ਼ ਹੋ ਜਾਊਗੀ ਇਹਨਾਂ ਨੇ ਅੱਖਾਂ ਦੇ ਉੱਤੇ ਚਸ਼ਮਾ ਹੀ ਉਹ ਲਾਇਆ ਹੋਇਆ ਜਿਹਦੇ ਵਿੱਚ ਇਹਨਾਂ ਨੂੰ ਹਰ ਬੰਦਾ ਇੱਕ ਵੋਟ ਦੇ ਤੌਰ ਤੇ ਨਜ਼ਰ ਆਉਂਦਾ ਤੇ ਵੋਟ ਦੇ ਨਾਲ ਦੀ ਨਾਲ ਇਸ ਗੱਲ ਦੇ ਉੱਤੇ ਨਜ਼ਰ ਆਉਂਦਾ ਕਿ ਉਹਦੀ ਜਾਤ ਕਿਹੜਾ ਆ ਕਿਹੜੀ ਆ ਤੇ ਉਹਦਾ ਧਰਮ ਕਿਹੜਾ ਆ ਕੀ ਉਹ ਸਾਡੇ ਚੌਕਟੇ ਦੇ ਵਿੱਚ ਸਾਡੀ ਗਿਣਤੀ ਮਿੰਤੀ ਚ ਫਿੱਟ ਬੈਠਦਾ ਜਾਂ ਦੂਸਰੇ ਪਾਸੇ ਬੈਠਦਾ ਇਹ ਤਾਂ ਬੜੀ ਸਿੱਧੀ ਜੀ ਗੱਲ ਜੀ ਜੀ ਸ਼ਰਮਾ ਜੀ ਲਖੀਮਪੁਰ ਖੀਰੀ ਬਾਰੇ ਇਹ ਸਾਰੀ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ब्रेक ਤੋਂ ਬਾਅਦ ਸਵਾਗਤ ਹੈ ਸੋ ਸ਼ਰਮਾ ਜੀ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਅਸੀਂ ਲਖੀਮਪੁਰ ਖੀਰੀ ਦੀ ਤੇ ਇਸ ਵੇਲੇ ਜੇ ਅਸੀਂ ਗੱਲ ਕਰੀਏ ਤਾਂ ਸਿਆਸਤ ਵੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਹਰ ਬੰਦਾ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਤੇ ਲੱਗਾ ਹੋਇਆ ਜੇ ਅਸੀਂ ਗੱਲ ਕਰੀਏ ਤਿੰਨ ਪੰਜਾਬ ਦੀਆਂ ਮੇਨ ਤਿੰਨ ਪਾਰਟੀਆਂ ਨੇ ਕਾਂਗਰਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੇ ਤਿੰਨੋਂ ਇਸ ਵੇਲੇ ਉੱਥੇ ਪਹੁੰਚੀ ਆਈਆਂ ਨੇ ਤੇ ਅਕਾਲੀ ਦਲ ਹੈ ਜਿਹੜਾ ਉਹ ਆਪਣੇ ਆਪ ਨੂੰ ਪੰਥਕ ਪਾਰਟੀ ਕਹਾਂਦਾ ਤੇ ਉਹ ਵੀ ਉੱਥੇ ਪਹੁੰਚਿਆ ਹੋਇਆ ਪੰਜ ਮੈਂਬਰੀ ਵਫਦ ਕੀ ਕਹਿਣਾ ਚਾਹੋਗੇ ਪੰਜ ਮੈਮਰੀ ਬਫਰ ਤੇ 6ਵੇਂ ਦਿਨ ਉਥੇ ਪਹੁੰਚਿਆ ਬੜਾ ਧੰਨਵਾਦ ਕਰਨਾ ਚਾਹੀਦਾ ਇਹਨਾਂ ਲੋਕਾਂ ਦਾ ਉਹਨਾਂ ਲੋਕਾਂ ਨੂੰ ਦੇਖੋ ਮੈਂ ਤੁਹਾਡੀ ਗੱਲ ਨਾਲ ਥੋੜਾ ਜਿਹਾ ਡਿਫਰ ਕਰਦਾ ਜੀ ਇਹ ਗੱਲ ਠੀਕ ਹੈ ਕਿ ਇਹ ਜਿਹੜੇ ਰਾਜਨੀਤਿਕ ਧਿਰਾਂ ਆ ਇਹ ਰਾਜਨੀਤੀਕਰਨ ਹੀ ਜਾ ਰਹੇ ਆ ਉਥੇ ਇਹਨਾਂ ਦਾ ਕੰਮ ਰਾਜਨੀਤੀ ਹੀ ਕਰਨਾ ਹੈ ਬਿਲਕੁਲ ਪਰ ਇੱਕ ਗੱਲ ਹੋਰ ਵੀ ਆ ਜਦੋਂ ਅਸੀਂ ਇਹਨਾਂ ਲੋਕਾਂ ਨੂੰ ਵੋਟਾਂ ਪਾਉਂਦੇ ਆ ਚਾਹੇ ਇੱਕ ਪਾਰਟੀ ਨੂੰ ਪਾਉਨੇ ਚਾਹੇ ਦੂਜੀ ਪਾਰਟੀ ਨੂੰ ਪਾਉਨੇ ਚਾਹੇ ਤੀਜੀ ਪਾਰਟੀ ਨੂੰ ਪਾਉਨੇ ਸਾਡਾ ਇਹਨਾਂ ਨਾਲ ਇੱਕ ਸਬੰਧ ਤਾਂ ਹੈ ਇੱਕ ਰਿਲੇਸ਼ਨ ਤਾਂ ਹੈ ਫਿਰ ਇਹਨਾਂ ਨੇ ਸਾਡੇ ਚੰਗੇ ਮਾੜੇ ਸਮੇਂ ਦੇ ਵਿੱਚ ਸਾਡੇ ਕੋਲ ਆਉਣਾ ਤਾਂ ਹੈ ਜੇ ਅਸੀਂ ਬੀਜੇਪੀ ਦੀ ਗੱਲ ਕਰੀਏ ਤੇ ਬੀਜੇਪੀ ਨੇ ਉੱਥੇ ਜਿੱਦਾਂ ਸੁਪਰੀਮ ਕੋਰਟ ਨੇ ਦੱਸਿਆ ਵੀ ਤੁਸੀਂ ਉੱਥੇ ਕੁਝ ਵੀ ਨਹੀਂ ਕੀਤਾ ਹਮ ਯੂਪੀ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕੁਝ ਵੀ ਨਹੀਂ ਕੀਤਾ ਅੱਜ ਹੁਣੇ-ਹੁਣੇ ਇੱਕ ਪੱਤਰਕਾਰ ਇੱਕ ਚੈਨਲ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਦਿੱਤਿਆ ਦਾ ਆਨਾਥ ਨੂੰ ਪੁੱਛ ਰਿਹਾ ਸੀਗਾ ਕਿ ਤੁਸੀਂ ਉੱਥੇ ਵਿਰੋਧੀ ਧਿਰ ਦੇ ਲੋਕਾਂ ਨੂੰ ਜਾਣ ਕਿਉਂ ਨਹੀਂ ਦਿੱਤਾ ਤੇ ਉਹਨਾਂ ਮਹਾਨ ਪੁਰਖਾਂ ਦਾ ਜਵਾਬ ਅਗੋਂ ਇਹ ਸੀ ਕਿ ਇਹ ਅੱਜ ਉੱਥੇ ਕਿਉਂ ਜਾ ਰਹੇ ਨੇ ਇਹ ਜਦੋਂ ਕਰੋਨਾ ਦਾ ਟਾਈਮ ਸੀ ਉਦੋਂ ਕਿਉਂ ਨਹੀਂ ਗਏ ਫਿਰ ਉਹ ਛਤੀਸਗੜ੍ਹ ਦੇ ਮੁੱਖ ਮੰਤਰੀ ਨੂੰ ਪੁੱਛ ਰਹੇ ਨੇ ਕਿ ਜਦੋਂ ਛਤੀਸਗੜ੍ਹ ਦੇ ਵਿੱਚ ਕਿਸਾਨਾਂ ਦੇ ਉੱਤੇ ਕੋਈ ਨੁਕਸਾਨ ਕਿਤੇ ਇੱਕ ਹੋਰ ਘਟਨਾ ਦਾ ਜ਼ਿਕਰ ਕਰਕੇ ਦੱਸ ਰਹੇ ਸੀ ਕਿ ਜਦੋਂ ਉੱਥੇ ਹੋਇਆ ਇਹ ਉੱਥੇ ਕਿਉਂ ਨਹੀਂ ਗਏ ਜੀ ਦੇਖੋ ਗੱਲ ਤੇ ਇਹ ਆ ਕਿ ਅਸੀਂ ਪੱਤਰਕਾਰ ਹੋਣ ਦੇ ਨਾਤੇ ਜਾਂ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਇਹ ਗੱਲ ਸਮਝਦੇ ਹਾਂ ਕਿ ਕੋਈ ਵੀ ਸਿਆਸੀ ਧਿਰ 100% ਆਪਣੇ ਲੋਕਾਂ ਲਈ ਨਹੀਂ ਸੋਚਦੀ ਉਹ ਆਪਣੇ ਹਿੱਤਾਂ ਲਈ ਸੋਚਦੀ ਹੈ ਬਿਲਕੁਲ ਬਿਲਕੁਲ ਦੇਸ਼ ਦੀ ਜਨਤਾ ਲਈ ਨਾ ਸੋਚ ਕੇ ਪਾਰਟੀ ਦੇ ਹਿੱਤਾਂ ਨੂੰ ਮੁੱਖ ਰੱਖਦੇ ਨੇ ਹਮ ਪਰ ਜੇ ਸੋਨੀਆ ਗਾਂਧੀ ਰਾਹੁਲ ਗਾਂਧੀ ਪ੍ਰਿਆੰਕਾ ਗਾਂਧੀ ਸੂਰਜੇ ਵਾਲਾ ਆਮ ਆਦਮੀ ਪਾਰਟੀ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਉੱਥੇ ਜਾ ਰਹੇ ਨੇ ਤੇ ਇਹਨਾਂ ਨੂੰ ਜਾਣਾ ਚਾਹੀਦਾ ਇਹ ਸਿਰਫ ਰਾਜਨੀਤੀ ਨਹੀਂ ਹੈਗੀ ਉੱਥੇ ਜਿਹੜੇ ਲੋਕ ਨੇ ਉਹ ਭਾਰਤ ਦੇ ਹੀ ਲੋਕ ਨੇ ਉਹਨਾਂ ਨੂੰ ਭਾਰਤ ਦੇ ਲੀਡਰਾਂ ਨੇ ਹੀ ਸਮਝੌਤਾ ਦੇਣਾ ਉਹਨਾਂ ਨੂੰ ਭਾਰਤ ਦੇ ਲੀਡਰਾਂ ਨੇ ਹੀ ਸਲਾਹ ਦੇਣੀ ਹੈ ਉਹਨਾਂ ਨੂੰ ਭਾਰਤ ਦੇ ਲੀਡਰਾਂ ਨੇ ਹੀ ਉਹਨਾਂ ਦਾ ਦੁੱਖ ਵੰਡਾਉਣਾ ਜੇਕਰ ਇੱਕ ਮਿਨਿਸਟਰ ਦੇ ਪੁੱਤਰ ਤੋਂ ਐਕਸੀਡੈਂਟ ਹੋ ਗਿਆ ਜੇ ਉਸੇ ਵੇਲੇ ਉਹ ਵੀ ਉੱਤਰ ਕੇ ਕਹਿ ਦਿੰਦਾ ਕਿ ਮੇਤੋਂ ਗਲਤੀ ਹੋਈ ਹੈ ਜਾਂ ਦੂਸਰੇ ਦਿਨ ਉਹਦਾ ਬਾਪ ਉਹਨਾਂ ਲੋਕਾਂ ਨੂੰ ਮਨਾਉਣ ਚਲਾ ਜਾਂਦਾ ਤੇ ਸ਼ਾਇਦ ਜਿਹੜੀ ਘਟਨਾ ਹੈ ਉਹ ਨਾ ਵਾਪਰੇ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਜਦੋਂ ਛੋਟੀਆਂ-ਛੋਟੀਆਂ ਘਟਨਾਵਾਂ ਹੁੰਦੀਆਂ ਬਹੁਤੀ ਵਾਰ ਐਕਸੀਡੈਂਟ ਹੋ ਜਾਂਦਾ ਤੇ ਉਸ ਗੱਲ ਦੇ ਵਿੱਚ ਸਮਝੌਤਾ ਜਿਹੜਾ ਕਰ ਲਿਆ ਜਾਂਦਾ ਪਰ ਇਹ ਤਾਂ ਗਿਣੀ-ਮਿਥੀ ਸਾਜ਼ਿਸ਼ ਦੇ ਨਾਲ ਉਹਨਾਂ ਲੋਕਾਂ ਨੂੰ ਮਾਰਿਆ ਗਿਆ ਸੋ ਜਦੋਂ ਤੁਸੀਂ ਜਿਹੜੀ ਹੁਣ ਤੁਹਾਡਾ ਸਵਾਲ ਤੁਸੀਂ ਗੱਲ ਅਕਾਲੀ ਦਲ ਦੀ ਕਰਦੇ ਆਂ ਇਨਾਂ ਤੋਂ ਇਹ ਤਵਕਕੋ ਕੀਤੀ ਜਾਂਦੀ ਸੀ ਕਿ ਇਹ ਪਹਿਲੇ ਦਿਨ ਹੀ ਉੱਥੇ ਪਹੁੰਚਦੇ। ਹੂੰ। ਇਨਾਂ ਦੇ ਕਿਸੇ ਵੀ ਵੱਡੇ ਲੀਡਰ ਨੇ ਹਾਲੇ ਤੱਕ ਕੋਈ ਬਹੁਤ ਵੱਡਾ ਬਿਆਨ ਵੀ ਨਹੀਂ ਦਿੱਤਾ। ਬਿਲਕੁਲ। ਬੋਲਦੇ ਜ਼ਰੂਰ ਨਜ਼ਰ ਆਏ ਨੇ। ਸੁਖਬੀਰ ਸਿੰਘ ਬਾਦਲ ਵੀ ਬੋਲੇ ਨੇ, ਹਰਸਿਮਰਤ कौर ਬਾਦਲ ਵੀ ਬੋਲੇ ਨੇ, ਮਜੀਠੀਆ ਸਾਹਿਬ ਵੀ ਬੋਲੇ ਨੇ ਪਰ ਉਹਨੇ ਸੋਹਣੇ ਤਰੀਕੇ ਨਾਲ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਜਾਂ ਉੱਥੇ ਦੀ ਜੜੀਆਂ ਜਿਹੜੀ ਘਟਨਾ ਆ ਉਹਦੇ ਹੱਕ ਦੇ ਵਿੱਚ ਉਹਨੇ ਤਰੀਕੇ ਨਾਲ ਨਹੀਂ ਬੋਲੇ ਜਿੰਨੇ ਤਰੀਕੇ ਦੇ ਨਾਲ ਸੁਖਵਿੰਦਰ ਰੰਧਾਵਾ ਉਸੇ ਦਿਨ ਹੀ ਤਲੇ ਪਏ ਬਿਲਕੁਲ ਉਸੇ ਦਿਨ ਜਿਸ ਦਿਨ ਜਿਸ ਤਰੀਕੇ ਦੇ ਨਾਲ ਪ੍ਰਿਆੰਕਾ ਗਾਂਧੀ ਉੱਥੇ ਚਲੀ ਗਈ ਇਹਨਾਂ ਦੇ ਉੱਤੇ ਇਸ ਗੱਲ ਦਾ ਇਲਜ਼ਾਮ ਜਾਂ ਇਸ ਗੱਲ ਦਾ ਹਿਰਖ ਇਸ ਕਰਕੇ ਵੀ ਹੈਗਾ ਲੋਕਾਂ ਦਾ ਕਿ ਇਹ ਸਿੱਖਾਂ ਦੀ ਪਾਰਟੀ ਕਹੋਂਦੇ ਹ ਹ ਤੇ ਜੇ ਅਸੀਂ ਗੱਲ ਕਰੀਏ ਉੱਤਰ ਪ੍ਰਦੇਸ਼ ਦੇ ਉਸ ਜ਼ਿਲ੍ਹੇ ਦੀ ਤੇ ਯੂਪੀ ਦਾ ਸਭ ਤੋਂ ਵੱਡਾ ਜ਼ਿਲ੍ਹਾ ਆ ਜੀ ਯੂਪੀ ਦੇ ਵਿੱਚ ਸਿੱਖਾਂ ਦੀ ਆਬਾਦੀ 0.3% ਆ ਹੂੰ ਜੇ 2011 ਦੀ ਜਨਗਣਨਾ ਦੇ ਹਿਸਾਬ ਨਾਲ ਗੱਲ ਕਰੀਏ ਤੇ ਉੱਥੇ ਜਿਹੜੀ ਆਬਾਦੀ ਹੈ ਉਹਨਾਂ ਦੀ ਕੋਈ 3 ਕਿਲਖ ਜਾਂ 2.5 ਤੋਂ 3 ਲੱਖ ਦੇ ਕਰੀਬ ਕਰੀਬ ਆ ਜਿਹੜੀ ਕਿ ਯੂਪੀ ਦੀ ਟੋਟਲ ਆਬਾਦੀ ਦਾ 0.3% ਬਣਦੀ ਹੈ ਬਿਲਕੁਲ ਤੇ ਜੇ ਅਸੀਂ ਘਟ ਗਿਣਤੀ ਦੇ ਆਪਣੇ ਲੋਕ ਜਿਹੜੇ ਉੱਥੇ ਵਸੇ ਹੋਏ ਨੇ ਜਿਹੜੇ 47 ਤੋਂ ਬੰਡ ਤੋਂ ਬਾਅਦ ਉੱਥੇ ਚਲੇ ਗਏ ਨੇ ਇੱਕ ਕਿਸਾਨ ਦੀ ਮੈਂ ਅੱਜ ਗੱਲ ਸੁਣ ਰਿਹਾ ਸੀ ਕਿਸੇ ਵੱਖਰੇ ਚੈਨਲ ਤੋਂ ਉਹ ਕਹਿੰਦੇ ਅਸੀਂ ਪਾਕਿਸਤਾਨ ਤੋਂ ਸੰਗਰੂਰ ਆਏ ਸੀ ਫਿਰ ਸਾਡੇ ਰਿਸ਼ਤੇਦਾਰ ਉੱਥੇ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਥੇ ਆ ਜਾਓ ਜ਼ਮੀਨ ਸਸਤੀ ਸੀ ਜ਼ਮੀਨ ਬਹੁਤ ਚੰਗੀ ਸੀ ਅਸੀਂ ਭੱਲੇ ਪਰ ਉਹ ਸਰਦਾਰ ਜੀ ਨਾਲ ਦੱਸ ਰਹੇ ਸੀ ਕਿ ਮੇਰੀਆਂ ਦੋ ਪੀੜੀਆਂ ਮੇਰੇ ਫਾਦਰ ਦੀ ਵੀ ਸਾਰੀ ਉਮਰ ਉੱਥੇ ਲੱਗ ਗਈ ਅਸੀਂ ਮਜ਼ਦੂਰਾਂ ਨੂੰ ਲਾ ਕੇ ਉਹ ਜ਼ਮੀਨਾਂ ਸਾਫ਼ ਕਰਵਾਈਆਂ ਤੇ ਪਹਿਲਾਂ ਮਕਾਨ ਨਹੀਂ ਬਣਾ ਲੈ ਪਹਿਲਾਂ ਝੌਂਪੜੀਆਂ ਪਾ ਕੇ ਰਹਿੰਦੇ ਰਹੇ ਤੇ ਉਹ ਨਾਲ ਦੀ ਨਾਲ ਦੱਸਦੇ ਸੀ ਜਦੋਂ ਉਹਨਾਂ ਦੀ ਗੱਲ ਸੁਣਦੇ ਸੀ ਜਾਂ ਉਹਨਾਂ ਦਾ ਚਿਹਰਾ ਦੇਖਦੇ ਸੀ ਤੇ ਲੱਗਦਾ ਸੀਗਾ ਕਿ ਦੋ ਦੋ ਪੀੜੀਆਂ ਯਾਨੀ ਕਿ 70 ਸਾਲ 60 70 ਸਾਲ ਦੀ ਮਿਹਨਤ ਤੋਂ ਬਾਅਦ ਉਹਨਾਂ ਨੇ ਉੱਥੇ ਘਰ ਬਣਾਏ ਨੇ ਗੱਡੀਆਂ ਖਰੀਦੀਆਂ ਨੇ ਕੋਠੀਆਂ ਪਾਈਆਂ ਨੇ ਚੰਗੀਆਂ ਜ਼ਮੀਨਾਂ ਨੇ ਚੰਗੀ ਮਿਹਨਤ ਕਰਦੇ ਨੇ ਜੀ ਗੰਨੇ ਲਈ ਬਹੁਤ ਮੁਫਾਦ ਜ਼ਮੀਨ ਆ ਜ਼ਮੀਨ ਬੜੀ ਚੰਗੀ ਆ ਪਰ ਇਹ ਜਿਹੜੀਆਂ ਸਿਆਸੀ ਤੇ ਰਾਜਾਂ ਸਿਆਸਤ ਤਾਂ ਇਹਨਾਂ ਨੇ ਕਰਨੀ ਆ ਪਰ ਅਕਾਲੀ ਦਲ ਵੱਲੋਂ ਜਿਹੜਾ ਉੱਥੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਉਹ ਇਦਾਂ ਆ ਜਿੱਦਾਂ ਬਿਲਕੁਲ ਭਾਜਪੀ ਦੇ ਨਾਲ ਸਮਝੌਤੇ ਦੀ ਸਥਿਤੀ ਦੇ ਵਿੱਚ ਚੱਲਦੇ ਹੁਣ ਕਿ ਜਾਣਾ ਤਾਂ ਭਾਈ ਸਾਨੂੰ ਵੀ ਪੈਣਾ ਹੁਣ ਸਾਰੇ ਚਲੇ ਗਏ ਹੁਣ ਸਾਨੂੰ ਵੀ ਜਾ ਲੈਣ ਦਿਓ ਬਿਲਕੁਲ ਉਹ ਜਿਹੜਾ ਪੰਜਾਬ ਦੇ ਵਿੱਚ ਹਾਲੇ ਵੀ ਲੋਕਾਂ ਦੇ ਵਿੱਚ ਕਿਆਸ ਰਈ ਆ ਕਿ ਇਹਨਾਂ ਦਾ ਜਿਹੜਾ 9 ਮਾਰਚ ਦਾ ਤਿੱਖਿਆ ਉਹ ਪੂਰਾ ਨਹੀਂ ਟੁੱਟਿਆ ਹਾਲੇ ਸੋ ਲੋਕ ਇਹਨਾਂ ਵੱਲ ਦੇਖ ਰਹੇ ਨੇ ਜੀ ਇਹ ਇਹ ਇਹਨਾਂ ਦਿਨਾਂ ਦੇ ਵਿੱਚ ਹੀ ਇਹਨਾਂ ਨੇ ਦੋ ਵਾਰ ਕੁਝ ਟਿਕਟਾਂ ਵੀ ਅਨਾਉਂਸ ਕੀਤੀਆਂ ਜੀ ਬਾਕੀ ਪੋਲੀਟੀਕਲ ਪਾਰਟੀਆਂ ਜੋ ਕਰ ਰਹੀਆਂ ਨੇ ਮੈਂ ਕਿਸੇ ਤੋਂ ਇਨਕਾਰ ਹੀ ਨਹੀਂ ਕਿ ਉਹ ਨਹੀਂ ਕਰ ਰਹੇ ਸਾਰੇ ਹੀ ਰਾਜਨੀਤੀ ਕਰ ਰਹੇ ਨੇ ਪਰ ਇਹਨਾਂ ਦਾ ਜਾਣਾ ਉੱਥੇ ਜਿਹੜਾ ਸਮੇਂ ਸਿਰ ਬਣਦਾ ਸੀ ਤੇ ਹੁਣ ਵੀ ਜੇ ਜਾ ਰਹੇ ਨੇ ਪੰਜ ਮੈਮਰੀ ਵਫਤ ਤੇ ਚੰਗੀ ਗੱਲ ਆ ਹਮ ਪੰਜਾਬ ਦੇ ਮੁੱਖ ਮੰਤਰੀ ਤੇ ਛਤੀਸਗੜ੍ਹ ਦੇ ਮੁੱਖ ਮੰਤਰੀ ਉੱਥੇ गए ਕਿਨਾ ਹਾਲਾਤਾਂ 'ਚ ਗਏ ਪਹਿਲਾ ਮੋੜੇ ਗਏ ਫੇਰ ਦੂਸਰੇ ਦਿਨ ਗਏ ਫਿਰ ਰਾਹੁਲ ਗਾਂਧੀ ਨਾ ਗਏ ਉਹਨਾਂ ਨੇ ਉੱਥੇ ਕੁਝ ਅਨਾਉਂਸ ਵੀ ਕੀਤਾ ਕੁਝ ਪੈਸੇ ਦੇ ਵੀ ਲੈਣ ਦੇਣ ਦੀ ਗੱਲ ਕੀਤੀ ਲੋਕਾਂ ਦੇ ਨਾਲ ਤੇ ਭਾਰਤ ਦੇ ਲੋਕਾਂ ਦੇ ਜਦੋਂ ਭਾਜਪਾ ਵਰਗੀ ਸੱਤਾ ਵਾਲੀ ਪਾਰਟੀ ਲੋਕਾਂ ਦੇ ਹਿੱਤ ਲਈ ਨਾ ਸੋਚਦੀ ਹੋਵੇ ਤੇ ਥੋੜੀ ਸਟੇਟ ਦੇ ਉਹ ਲੋਕ ਨੇ ਤੁਸੀਂ ਉਦਾਂ ਗੱਲ ਕਰਦੇ ਆ ਕਿ ਅਸੀਂ ਰਾਸ਼ਟਰੀ ਪਾਰਟੀ ਬਣਨਾ ਹੈ ਅਸੀਂ ਹਰਿਆਣੇ ਚ ਵੀ ਇਲੈਕਸ਼ਨ ਲੜਨੀ ਆ ਦਿੱਲੀ ਚ ਵੀ ਇਲੈਕਸ਼ਨ ਲੜਨੀ ਆ ਤੇ ਇਲੈਕਸ਼ਨ ਤੁਸੀਂ ਕੱਲੋ ਜੇ ਤੁਹਾਨੂੰ ਕੋਈ ਚੰਗੇ ਹਾਲਾਤ ਦੇਸਣ ਤੁਸੀਂ ਲਖੀਮਪੁਰ ਖੀਰੀ ਚ ਵੀ ਜਾ ਕੇ ਐਮਐਲਏ ਖੜਾ ਕਰ ਦੇਣਾ ਫਿਰ ਤੇ ਤੁਸੀਂ ਝੱਟ ਚਲੇ ਜਾਣਾ ਤੇ ਤੁਸੀਂ ਓਕੇ ਇਹਨੇ ਆ ਕਿ ਅਸੀਂ ਔਖੇ ਸੋਖੇ ਸਮੇਂ ਦੇ ਵਿੱਚ ਲੋਕਾਂ ਦੇ ਨਾਲ ਖੜਨਾ ਚਾਹੀਦਾ ਇਹ ਜ਼ਰੂਰੀ ਗੱਲ ਹੈ ਜੀ ਜੀ ਸ਼ਰਮਾ ਜੀ ਜੇ ਅਸੀਂ ਗੱਲ ਕਰ ਲਈਏ ਤੁਸੀਂ ਗੱਲ ਕੀਤੀ ਹੈ ਉਥੋਂ ਦੇ ਘੱਟ ਗਿਣਤੀ ਪਾਈਚਾਰੇ ਦੀ ਤੇ ਉਥੋਂ ਦੇ ਜਿਹੜੇ ਸਿੱਖ ਹੈ ਅਸਲ ਚ ਉਹਨਾਂ ਦੀ ਜਿਹੜੀ ਜ਼ਮੀਨੀ ਹਕੀਕਤ ਤੇ ਉਹਨਾਂ ਦੀ ਸਥਿਤੀ ਕੀ ਚੱਲ ਰ ਸਭ ਤੋਂ ਵੱਡਾ ਜ਼ਿਲ੍ਹਾ 75 ਜ਼ਿਲ੍ਹੇ ਉੱਤਰ ਪ੍ਰਦੇਸ਼ ਚ ਨੇ ਸਭ ਤੋਂ ਵੱਡਾ ਜ਼ਿਲ੍ਹਾ ਆ ਲਖਨਊ ਤੋਂ ਕੋਈ 130 125 ਕਿਲੋਮੀਟਰ ਦੂਰ ਆ ਜੀ ਪੰਜਾਬ ਤੋਂ ਗਏ ਹੋਏ ਲੋਕਾਂ ਦੀ ਉੱਥੇ ਬਹੁਤ ਗਿਣਤੀ ਆ ਜੀ ਵੱਡੇ ਜ਼ਿਮੀਦਾਰ ਵੀ ਨੇ ਪਰ ਕੁਝ ਦੀ ਕੁਝ ਛੋਟੇ ਜ਼ਿਮੀਦਾਰ ਵੀ ਨੇ ਖੇਤੀ ਵਿੱਚ ਜੁਟੇ ਹੋਏ ਲੋਕ ਨੇ ਟਰਾਂਸਪੋਰਟ ਟਰਾਂਸਪੋਰਟ ਨਾਲ ਵੀ ਜੁੜੇ ਹੋਏ ਨੇ ਟਰਾਂਸਪੋਰਟ ਦੇ ਕਿੱਤੇ ਨਾਲ ਜੁੜੇ ਹੋਏ ਲੋਕ ਵੀ ਨੇ ਹੋਟਲ ਇੰਡਸਟਰੀ ਜਾਂ ਟਾਬਾ ਜਾਂ ਹੋਰ ਸਾਰੇ ਕੰਮ ਵੀ ਜਿਹੜੇ ਪੰਜਾਬੀ ਆਮ ਤੌਰ ਤੇ ਕਰਦੇ ਨੇ ਉੱਥੇ ਸਾਰੇ ਕਰਦੇ ਨੇ ਮਤਲਬ ਐਲ ਸੈਟਲ ਹੋ ਚੁੱਕੇ ਹਨ ਨਾ ਦੂਸਰੀ ਤੀਸਰੀ ਚੌਥੀ ਪੀੜੀ ਤੱਕ ਦੇ ਲੋਕ ਉੱਥੇ ਨੇ ਜੀ ਚੰਗਾ ਉਹਨਾਂ ਦਾ ਬਹਿਣ ਉੱਠਣਿਆ ਸਾਰੇ ਤਰੀਕੇ ਦੇ ਰਾਜਨੀਤੀ ਦੇ ਨਾਲ ਜੇ ਇਸ ਪਾਰਟੀ ਦੀ ਵੀ ਗੱਲ ਕਰੀਏ ਤੇ ਇਹਨਾਂ ਨੂੰ ਵੀ ਉਹ ਸਮਰਥਨ ਕਰਦੇ ਨੇ ਜੀ ਉਹਨਾਂ ਨੂੰ ਜਿਸ ਗੱਲ ਲਈ ਸਰਕਾਰ ਜਾਂ ਜਿਸ ਗੱਲ ਲਈ ਭਾਜਪਾ ਦੀ ਲੀਡਰਸ਼ਿਪ ਨੇ ਰੌਲਾ ਪਾਇਆ ਸ਼ੁਰੂ ਦੇ ਵਿੱਚ ਦਿਖਾਇਆ ਗਿਆ ਕਿ ਉਹ ਤੇ ਖਾਲਸਤਾਨੀ ਲੋਕ ਨੇ ਹਮ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਉਹਨਾਂ ਲੋਕਾਂ ਨੂੰ ਇਹੋ ਜਿਹੀ ਕੋਈ ਰਾਜਨੀਤੀ ਸੂਟ ਨਹੀਂ ਕਰਦੀ ਜੀ ਜਿਹੜੀ ਰਾਸ਼ਟਰੀ ਰਾਜਨੀਤੀ ਦੇ ਵਿਰੋਧ ਚ ਜਾਂਦੀ ਹੋਵੇ ਕਿਉਂਕਿ ਉਹ ਪੰਜਾਬ ਚ ਨਹੀਂ ਬੈਠੇ ਬਿਲਕੁਲ ਜੇ ਉਹ ਯੂਪੀ ਚ ਬੈਠ ਕੇ ਖਾਲਸਤਾਨ ਦੀ ਗੱਲ ਕਰਨਗੇ ਤੇ ਉਹ ਉੱਥੇ ਕਿਵੇਂ ਰਹਿਣਗੇ ਬਿਲਕੁਲ ਉਹਨਾਂ ਲਈ ਤਾਂ ਇਹ ਵਾਲੀ ਘਟਨਾ ਹੀ ਜਿਹੜੀ ਵੱਡੀ ਘਟਨਾ ਬਣੀ ਹੋਈ ਆ ਉਹ ਹੁਣ ਵੀ ਡਰੇ ਹੋਏ ਨੇ ਕਿ ਅਸੀਂ ਤੀਜੀ ਚੌਥੀ ਪੀੜ੍ਹੀ ਚੋਂ ਇੱਥੇ ਆਂ ਇਹਨਾਂ ਲੋਕਾਂ ਨਾਲ ਸਾਡਾ ਖਾਣ ਪੀਣ ਬਹਿਣ ਉਠਣ ਇਕੱਠਾ ਆ ਪਰ ਫੇਰ ਵੀ ਉਹ ਆਪਣੇ ਆਪ ਨੂੰ ਪੰਜਾਬੀ ਹੀ ਸਮਝਦੇ ਨੇ ਲੋਕ ਵੀ ਜਦੋਂ ਇਦਾਂ ਦੀ ਕੋਈ ਘਟਨਾ ਹੁੰਦੀ ਆ ਤੇ ਫਿਰ ਲੋਕ ਵੀ ਉਹਨਾਂ ਨੂੰ ਉਸੇ ਨਜ਼ਰੀਏ ਨਾਲ ਦੇਖਣਗੇ ਤੇ ਬਹੁਤ ਗਿਣਤੀ ਜਿਹੜੀ ਆ ਉਹ ਖੇਤੀ ਕਰਦੀ ਆ ਗੰਨੇ ਦੀ ਫਸਲ ਆ ਜਾਂ ਝੋਨੇ ਦੀ ਫਸਲ ਆ ਜ਼ਮੀਨ ਬਹੁਤ ਚੰਗੀ ਆ ਜੀ ਪਰ ਉਹ ਜਿਸ ਤਰੀਕੇ ਦੇ ਨਾਲ ਭਾਜਪਾ ਨੇ ਪ੍ਰਚਾਰ ਕੀਤਾ ਕਿ ਇਹ ਖਾਲਿਸਤਾਨੀ ਲੋਕ ਨੇ ਜਾਂ ਇਹ ਐਂਟੀ ਨੈਸ਼ਨਲ ਨੇ ਜਾਂ ਇਹ ਇਸ ਲੜਾਈ ਨੂੰ ਵੀ ਭਾਜਪਾ ਨੇ ਆਪਣੇ ਫਾਇਦੇ ਦੇ ਅਨੁਸਾਰ ਸਿੱਖ ਵਰਸਸ ਹਿੰਦੂ ਜਾਂ ਸਿੱਖ ਵਰਸਸ ਹਿੰਦੁਸਤਾਨੀਆਂ ਵਾਲੀ ਲੜਾਈ ਬਣਾਉਣ ਦੀ ਗੱਲ ਕੀਤੀ ਇਹੋ ਜਿਹੀ ਕੋਈ ਗੱਲ ਨਹੀਂ ਆ ਉਹਨਾਂ ਲੋਕਾਂ ਦਾ ਇਸ ਪਾਰਟੀ ਦੇ ਭਾਜਪੀ ਦੇ ਲੋਕਾਂ ਨਾਲ ਵੀ ਚੰਗਾ ਸਮਰਥਨ ਹੈ ਤਾਦੀ ਤੇ ਵੋਟਾਂ ਲੈ ਕੇ ਉਥੋਂ ਇਹ ਬਣੇ ਨੇ ਜੀ ਜੀ ਜੇ ਇਹ ਤੁਸੀਂ ਗੱਲ ਕਰ ਰਹੇ ਹੋ ਕਿ ਭਾਜਪਾ ਨੇ ਜੀ ਇਹੋ ਜਿਹੀ ਰਾਜਨੀਤੀ ਕੀਤੀ ਹੈ ਤੇ ਆਪਾਂ ਜੇ ਭਾਜਪਾ ਦੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ لال ਖੱਟਰ ਦੀ ਗੱਲ ਕਰ ਲਈਏ ਉਹ ਵੀ ਕੋਈ ਨਾ ਕੋਈ ਇਹੋ ਜਿਹਾ ਢੜਕਾਉ ਭਾਸ਼ਣ ਦਿੰਦੇ ਹੀ ਰਹਿੰਦੇ ਨੇ ਕਿ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲਵਾੜ ਹੁੰਦਾ ਇੱਕ ਤਰ੍ਹਾਂ ਦਾ ਜੀ ਪਰ ਹੁਣ ਬੀਤੇ ਜੇ ਬੜਾ ਨਰਮੀ ਜੇ ਵਾਲਾ ਅੱਜ ਸਵੇਰੇ ਉਹਨਾਂ ਦਾ ਇੱਕ ਨਰਮੀ ਜੇ ਵਾਲਾ ਬਿਆਨ ਸਾਹਮਣੇ ਆਇਆ ਕੀ ਕਹਿਣਾ ਚਾਹੋਗੇ ਜੇ ਅਸੀਂ ਭਾਜਪਾ ਦੀ ਗੱਲ ਕਰੀਏ ਜਾਂ ਮਨੋਰ ਲਾਲ ਖੱਟੜ ਦੀ ਗੱਲ ਕਰੀਏ ਜਾਂ ਇਸੇ ਅਜੇ ਮਿਸ਼ਰਾ ਦੇ ਬਿਆਨ ਦੀ ਗੱਲ ਕਰੀਏ ਤੇ ਇਦਾਂ ਲੱਗਦਾ ਕਿ ਇਹ ਭਾਜਪਾ ਨੇ ਇੱਕ ਸੋਚੀ ਹੋਈ ਸਾਜ਼ਿਸ਼ ਸੀ ਇਹ ਕਿਸਾਨ ਅੰਦੋਲਨ ਨੂੰ ਸਬੋਟਾਜ ਕਰਨ ਦਾ ਹੀ ਇੱਕ ਫਾਰਮੂਲਾ ਸੀ ਜਿਹਦੇ ਤੇ ਕੰਮ ਕਰਦਿਆਂ ਹੋਇਆ ਇਹਨਾਂ ਨੇ ਹੌਲੀ-ਹੌਲੀ ਮਾਹੌਲ ਬਣਾਉਣਾ ਸੀ ਪਰ ਉਸ ਘਟਨਾ ਨੇ ਇਹਨਾਂ ਦਾ ਜਿਹੜਾ ਮਾਹੌਲ ਸੀ ਉਹ ਖਰਾਬ ਕਰ ਦਿੱਤਾ ਜੀ ਜੇ ਖੱਟੜ ਸਾਹਿਬ ਤੋਂ ਪਹਿਲਾਂ ਜੇ ਅਸੀਂ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਤੇ ਕੁਝ ਨੈਸ਼ਨਲ ਮੀਡੀਆ ਤੇ ਉਥੇ ਜਿਹੜੇ ਲੋਕ ਬਾਹਰੋਂ ਜਾ ਰਹੇ ਨੇ ਦੂਜੀਆਂ ਪਾਰਟੀਆਂ ਦੇ ਉਹਨਾਂ ਨੂੰ ਉਹ ਗਿੱਦ ਗਿੱਦ ਦੱਸ ਰਹੇ ਨੇ ਉਹਨਾਂ ਨੂੰ ਉਹ ਮਾਸ ਖਾਣ ਵਾਲੀਆਂ ਇਲਾ ਦਿਖਾ ਰਹੇ ਨੇ ਉਹਦੇ ਚੋ ਇੱਕ ਦੋ ਕਾਰਟੂਨ ਵੀ ਮੈਂ ਅੱਜ ਅਖਬਾਰਾਂ ਚ ਦੇਖੇ ਜਿਨ੍ਹਾਂ ਦੇ ਵਿੱਚ ਇਹਨਾਂ ਬਾਹਰੀ ਲੋਕਾਂ ਨੂੰ ਉਥੇ ਮਾਸ ਖਾਨ ਵਾਲੇ ਪੰਛੀਆਂ ਦੇ ਰੂਪ ਚ ਦਿਖਾਇਆ ਗਿਆ ਜਦ ਕਿ ਇਹ ਲੋਕ ਮੈਂ ਪਹਿਲਾਂ ਵੀ ਗੱਲ ਕੀਤੀ ਆ ਉਸ ਤੋਂ ਪਹਿਲਾਂ ਵੀ ਅਸੀਂ ਗੱਲ ਕੀਤੀ ਕਿ ਇਹ ਕੋਈ ਸ਼ੱਕ ਨਹੀਂ ਕਿ ਰਾਜਨੀਤੀ ਦੇ ਲੋਕ ਨੇ ਪਰ ਜੇਕਰ ਇਹ ਲੜਾਈ ਸਿੱਖ ਬਰਸ ਹਿੰਦੂ ਹੁੰਦੀ ਤਾਂ ਫਿਰ ਬਾਕੀ ਪਾਰਟੀਆਂ ਦੇ ਜਿਹੜੇ ਲੋਕ ਜਾ ਰਹੇ ਨੇ ਉਹ ਸਾਰੇ ਸਿੱਖ ਨਹੀਂ ਹੈਗੇ ਨਾ ਤੇ ਉੱਥੇ ਜਿਹੜੀ ਕਾਂਗਰਸ ਤੋਂ ਲੋਕ ਗਏ ਨੇ ਉਹ ਸਿੱਖ ਨੇ ਜਾਂ ਆਮ ਆਦਮੀ ਪਾਰਟੀ ਤੋਂ ਗਏ ਨੇ ਉਹ ਸਿੱਖ ਨੇ ਹਾਲਾਂਕਿ ਕਾਂਗਰਸ ਤੋਂ ਦੂਸਰੇ ਲੋਕ ਵੀ ਗਏ ਨੇ ਕਾਂਗਰਸ ਦੀ ਪ੍ਰਧਾਨ ਵੀ ਉੱਥੇ ਗਏ ਨੇ ਜਿਹੜੇ ਯੂਪੀ ਨੂੰ ਦੇਖ ਰਹੇ ਨੇ ਸੋ ਇਹ ਜਿਹੜੀ ਲੜਾਈ ਆ ਇਹਨੂੰ ਇਹੋ ਜੀ ਰੰਗ ਜਿਹੜਾ ਇਹੋ ਜਿਹਾ ਰੰਗ ਦੇਣ ਦੀ ਕੋਸ਼ਿਸ਼ ਆ ਉਹ ਭਾਜਪਾ ਤੇ ਨੈਸ਼ਨਲ ਮੀਡੀਆ ਜਿਹਨੂੰ ਅਸੀਂ ਅਕਸਰ ਗੋਦੀ ਮੀਡੀਆ ਕਹਿੰਦੇ ਆ ਜੀ ਜਾਂ ਸਰਕਾਰ ਵੱਲੋਂ ਚਲਾਇਆ ਗਿਆ ਸਰਕਾਰ ਵੱਲੋਂ ਦਿੱਤੇ ਗਏ ਫੰਡਾਂ ਦੇ ਉੱਤੇ ਅੱਖ ਰੱਖਣ ਵਾਲਾ ਮੀਡੀਆ ਜਿਹੜਾ ਉਹ ਇਹੋ ਜੀਆਂ ਗੱਲਾਂ ਕਰਦਾ ਬਿਲਕੁਲ ਬਿਲਕੁਲ ਮਨੋਰ ਲਾਲ ਖੱਟੜ ਨੇ ਇੱਕ ਬਿਆਨ ਜਿਹੜਾ ਆ ਉਹ ਦੁਰਭਾਗਿਆ ਬਸ ਉਸੇ ਦਿਨ ਹੀ ਦਿੱਤਾ ਸੀ ਜਿਸ ਦਿਨੇ ਘਟਨਾ ਹੁੰਦੀ ਹੈ ਉਹਨਾਂ ਨੇ ਕਿਸਾਨ ਅੰਦੋਲਨ ਦੇ ਖਿਲਾਫ ਆਪਣੀ ਇੱਕ ਪਾਰਟੀ ਦੀ ਮੀਟਿੰਗ 'ਚ ਕਿਹਾ ਸੀਗਾ ਕਿ 2-200 4-400 ਲੋਕਾਂ ਦਾ ਗਰੁੱਪ ਬਣਾਓ ਤੇ लाਠੀ ਕੋਲ ਰੱਖੋ ਤੇ ਨਾਲ ਫਿਰ ਉਹ ਹਰਿਆਣਵੀ 'ਚ ਕਹਿੰਦੇ ਸੀ ਕਿ ਜੈਸੇ ਨੂੰ ਤੈਸਾ ਉਹਨਾਂ ਨੂੰ लाਠੀ ਨਾਲ ਭਜਾਓ ਪਰ ਉਸੇ ਦਿਨ ਉਹ ਘਟਨਾ ਹੋ ਗਈ ਫਿਰ ਇਹਨਾਂ ਦਾ ਬਹੁਤ ਟ੍ਰੋਲ ਹੋਇਆ ਤੇ ਬਹੁਤ ਖਿੱਚਤੂ ਹੋਈ ਉਸ ਬਿਆਨ ਦੀ ਤੇ ਫਿਰ ਅੱਜ ਉਹਨਾਂ ਨੇ ਇਹ ਕਿਹਾ ਕਿ ਮੈਂ ਉਹ ਆਪਣਾ ਬਿਆਨ ਵਾਪਸ ਲੈਣਾ ਦੇਖੋ ਇਹ ਹੱਦ ਆ ਬੇਸ਼ਰਮੀ ਦੀ ਠੀਟਤਾ ਦੀ ਅਸੀਂ ਸਾਰੇ ਜਦੋਂ ਪੜਨਾ ਸ਼ੁਰੂ ਕਰਦੇ ਆਂ ਉਦੋਂ ਹੀ ਸਾਨੂੰ ਇਹ ਮੁਹਾਵਰਾ ਜਿਹੜਾ ਉਹ ਪੜਾਇਆ ਜਾਂਦਾ ਬਿਲਕੁਲ ਕਿ ਕਮਾਨ ਚੋਂ ਨਿਕਲਿਆ ਤੀਰ ਤੇ ਜ਼ੁਬਾਨ ਚੋਂ ਨਿਕਲੇ ਸ਼ਬਦ ਕਦੀ ਵਾਪਸ ਨਹੀਂ ਜਾਂਦੇ ਉਹ ਆਪਣਾ ਕੰਮ ਕਰ ਚੁੱਕੇ ਹੁੰਦੇ ਆ ਜਦੋਂ ਜ਼ੁਬਾਨ ਮੂੰਹ ਚੋਂ ਨਿਕਲ ਜਾਂਦੀ ਆ ਫਿਰ ਉਹ ਆਪਣਾ ਕੰਮ ਕਰ ਚੁੱਕੀ ਹੁੰਦੀ ਆ ਅੱਜ ਤੁਸੀਂ ਬੇਸ਼ਰਮਾ ਵਾਂਗੇ ਕਹਿੰਨੇ ਆ ਕਿ ਮੈਂ ਆਪਣਾ ਬਿਆਨ ਵਾਪਸ ਲੈਣਾ ਤੇ ਇਹ ਗੱਲ ਆਮ ਤੌਰ ਤੇ ਕਿਹਾ ਜਾਂਦਾ ਕਿ ਬੋਲਣ ਤੋਂ ਪਹਿਲਾਂ ਸੋਚਣਾ ਚੰਗਾ ਬਾਅਦ ਵਿੱਚ ਸੋਚਣ ਦਾ ਕੋਈ ਫਾਇਦਾ ਨਹੀਂ ਹੁਣ ਜਿੰਨੀ ਕ ਥੂ ਥੂ ਤੁਹਾਡੀ ਹੋਣੀ ਸੀ ਜਿੰਨੀ ਕ ਤੁਹਾਡੇ ਮੱਥੇ ਤੇ ਲੋਕਾਂ ਨੇ ਗੱਲਾਂ ਕਰਨੀਆਂ ਸੀ ਉਹ ਕਰ ਚੁੱਕੇ ਨੇ ਤੁਸੀਂ ਆਪਣਾ ਸੋਸ਼ਲ ਮੀਡੀਆ ਆਪ ਪੜ੍ਹਦੇ ਆ ਜਾਂ ਤੁਸੀਂ ਕੋਈ ਮੇਰੇ ਵਰਗੇ ਬੰਦੇ ਰੱਖੇ ਹੋਏ ਨੇ ਉਹ ਤੁਹਾਨੂੰ ਦੱਸਦੇ ਨੇ ਕਿ ਨਹੀਂ ਦੱਸਦੇ ਨੇ ਇੱਕ ਵੱਖਰੀ ਗੱਲ ਆ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜੀ ਰਾਜਨੀਤਿਕ ਜਮਾਤ ਆ ਉਹ ਇੱਕ ਖਾਸ ਤਰ੍ਹਾਂ ਦੇ ਘੇਰੇ ਚ ਘिरी ਰਹਿੰਦੀ ਆ ਇਸੇ ਕਰਕੇ ਇਹਨਾਂ ਨੂੰ ਸੱਚਾਈ ਨਜ਼ਰ ਨਹੀਂ ਆਉਂਦੀ। ਸੋ ਹੁਣ ਤੇ ਇਹਨਾਂ ਦੇ ਪਹਿਲਾਂ ਬਿਆਨ ਦੇਣ ਦੀ ਨਿੰਦਾ ਕੀਤੀ ਜਾਂਦੀ ਸੀ। ਹੁਣ ਇਹਨਾਂ ਦੇ ਉਸ ਬਿਆਨ ਦੇ ਵਾਪਸ ਲੈਣ ਦੀ ਨਿੰਦਾ ਕੀਤੀ ਜਾਊਗੀ ਕਿਉਂਕਿ ਇਹ ਜਿਹੜੀ ਗੱਲ ਆ ਉਹ ਕਿਸੇ ਵੀ ਸੁਰਚ ਨਹੀਂ ਬੈਠਦੀ ਕਿਉਂਕਿ ਬਿਆਨ ਜਿਹੜੇ ਉਹ ਵਾਪਸ ਨਹੀਂ ਲੈ ਜਾਂਦੇ। ਬਿਲਕੁਲ। ਜੀ ਸ਼ਰਮਾ ਜੀ ਇਸ ਚਰਚਾ ਨੂੰ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਆਂ ਸ਼ਰਮਾ ਜੀ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਹਾਲਾਤਾਂ ਦੀ ਪੰਜਾਬ ਕੀ ਪੂਰੇ ਦੇਸ਼ ਦੇ ਹਾਲਾਤਾਂ ਦੀ ਹੀ ਗੱਲ ਕਰ ਲਈਏ ਤਾਂ ਡੇਰਾਬਾਦ ਆ ਜਿਹੜਾ ਉਹ ਇੱਕ ਸਮਾਂ ਸੀ ਜਦੋਂ ਉਹਨੇ ਬੜਾ ਸਿਰ ਚੁੱਕਿਆ ਸੀ ਤੇ ਫਿਲਹਾਲ ਜੇ ਹੁਣ ਦੀ ਵੀ ਗੱਲ ਕਰ ਲਈਏ ਤਾਂ ਵਿਚਾਰੇ ਲੋਕ ਜਿਹੜੇ ਦੁਖੀ ਆਤਮਾ ਨੇ ਉਹ ਡੇਰਿਆਂ ਚ ਤਾਂ ਹਜੇ ਵੀ ਸ਼ਾਂਤੀ ਪ੍ਰਾਪਤ ਕਰਨ ਲਈ ਜਾਂਦੇ ਨੇ ਤੇ ਪਰ ਜੇ ਹਾਲਾਤ ਦੇਖੀਏ ਜ਼ਮੀਨੀ ਹਕੀਕਤ ਦੇਖੀਏ ਤਾਂ ਡੇਰਿਆਂ ਵਿੱਚ ਜੋ ਕੁਝ ਹੁੰਦਾ ਉਹ ਬਾਹਰ ਆ ਰਿਹਾ ਤੇ ਉਸ ਸਵਾਦ ਕਿਧਰੇ ਨਾ ਕਿਧਰੇ ਜਾ ਕੇ ਭਗਤਾਂ ਦੇ ਦਿਲ ਜ਼ਰੂਰ ਟੁੱਟ ਜਾਂਦੇ ਨੇ ਸੋ ਜੇ ਅਸੀਂ ਗੱਲ ਕਰੀਏ ਡੇਰਾ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM RAHEEM SINGH ਦੀ ਉਹ ਪਹਿਲਾਂ ਹੀ 20 ਸਾਲ ਦੀ ਸਜ਼ਾ ਹੈ ਜਿਹੜੀ ਉਹ ਰੋहतक ਦੀ ਸੁਨਾਰੀਆ ਜੇਲ੍ਹ ਵਿੱਚ ਭੁਗਤ ਰਿਹਾ ਤੇ ਅੱਜ ਉਸ ਨੂੰ ਫੇਰ ਦੋਸ਼ੀ ਕਰਾਰ ਦੇ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਸੁਨਾਰੀਆ ਜੇਲ੍ਹ ਦੇ ਨਾਮ ਤੇ ਚੁਟਕਲੇ ਬਣੇ ਹੋਏ ਆ ਕਿ ਜਦੋਂ ਭਗਤ ਜੀ ਉਹਦੇ ਪੈਰੋਕਾਰ ਉਧਰ ਨੂੰ ਜਾਂਦੇ ਆ ਤੇ ਉਧਰ ਨੂੰ ਹੱਥ ਜੋੜ ਕੇ ਤੇ ਸਿਰ ਨਵਾ ਕੇ ਮੱਥਾ ਟੇਕਦੇ ਆ ਕਿ ਬਾਬਾ ਜੀ ਇੱਥੇ ਨੇ ਤੇ ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਦੁਨੀਆ ਤੇ ਬਹੁਤ ਭਾਰੀ ਕਸ਼ਟ ਸੀਗੇ ਜਿਹੜੇ ਬਾਬਾ ਜੀ ਨੇ ਆਪਣੇ ਉੱਤੇ ਲੈ ਲਏ ਤੇ ਦੁਨੀਆ ਨੂੰ ਉਹਨਾਂ ਨੇ ਵਸਦੇ ਰਸਦੇ ਰਹਿਣ ਦਿੱਤਾ ਤੁਸੀਂ ਡੇਰਾਬਾਦ ਦੀ ਗੱਲ ਕੀਤੀ ਡੇਰਾਬਾਦ ਬਹੁਤ ਵੱਡੇ ਤਰੀਕੇ ਦੇ ਨਾਲ ਬਹੁਤ ਬੁਰੇ ਤਰੀਕੇ ਦੇ ਨਾਲ ਬਿਲਕੁਲ ਇੱਕ ਜਾਲ ਵਿਛਿਆ ਹੋਇਆ ਪੰਜਾਬ ਦੇ ਵਿੱਚ ਬਿਲਕੁਲ ਅਸੀਂ ਕਿਸੇ ਇੱਕ ਦਾ ਨਾਮ ਨਾ ਲਈਏ ਸਾਰੇ ਹੀ ਡੇਰੇ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਕਿ ਲੋਕ ਉੱਥੇ ਮਨ ਦੀ ਸ਼ਾਂਤੀ ਲਈ ਜਾਂਦੇ ਨੇ ਠੀਕ ਗੱਲ ਆ ਤੁਹਾਡੀ ਹੂੰ ਬਹੁਤ ਸਾਰੇ ਜਿਹੜੇ ਡੇਰੇ ਨੇ ਵਿੱਚੋਂ ਕੁਝ ਕੁ ਚੰਗੇ ਵੀ ਹੋਣਗੇ ਜਿਹੜੇ ਕੁਝ ਸਮਾਜ ਭਲਾਈ ਦੇ ਨਾਲ ਜੁੜੇ ਹੋਏ ਕੰਮ ਕਰਦੇ ਨੇ ਕਣਕ ਦੇ ਨਾਲ ਘੁੰਪੇਸ ਜਾਂਦਾ ਨਾ ਉਹ ਵੀ ਨਾਲ ਪਰ ਸਮਾਜ ਭਲਾਈ ਦੇ ਕੰਮਾਂ ਦੀ ਜੇ ਗੱਲ ਕਰੀਏ ਫਿਰ ਉਹ ਵਾਪਸ ਉਸੇ ਘੁੰਮਣ ਘੇਰੀ ਚ ਫਸਦੇ ਆ ਸਮਾਜ ਭਲਾਈ ਦੇ ਨਾਮ ਤੇ ਇਸ ਡੇਰੇ ਨੇ ਵੀ ਬਹੁਤ ਕੰਮ ਕੀਤੇ ਨੇ ਬਹੁਤ ਗਰੀਬ ਲੋਕਾਂ ਨੂੰ ਇਹਨਾਂ ਨੇ ਪੈਸੇ ਵੰਡੇ ਘਰ ਬਣਾਉਣ ਲਈ ਕਿਸੇ ਨੂੰ ਕੁਸ਼ ਕਰਨ ਲਈ ਕਿਸੇ ਨੂੰ ਕੁਸ਼ ਕਰਨ ਲਈ ਪ੍ਰਸਿੱਧੀ ਦਾ ਇੱਕ ਤਰੀਕਾ ਵੀ ਸੀ ਕਿ ਲੋਕ ਨਾਲ ਜੁੜਨ ਬਿਲਕੁਲ ਖੂਨਦਾਨ ਕੈਂਪ ਬਹੁਤ ਵੱਡੇ ਪੱਧਰ ਤੇ ਲਾਏ ਇਹਨਾਂ ਦੇ ਨਾਮ ਸ਼ਾਇਦ ਕੁਝ ਵਰਲਡ ਰਿਕਾਰਡ ਵੀ ਬੋਲਦੇ ਆ ਬਲੱਡ ਨੇਸ਼ਨਸ ਦੇ ਹੂੰ ਫਿਰ ਇਹਨਾਂ ਨੇ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਵੀ ਆਪਣਾ ਭਵੇਖ ਅਪਣਾਇਆ ਅਜਮਾਇਆ ਫਿਲਮਾਂ ਵੀ ਬਣਾਈਆਂ ਹੋਰ ਬਹੁਤ ਉਸ ਕੀਤਾ ਡੇਰੇਬਾਦ ਦੀ ਗੱਲ ਤੋਂ ਅਸੀਂ ਜੇ ਗੱਲ ਕਰੀਏ ਤੇ ਹਾਲੇ ਵੀ ਡੇਰੇਬਾਦ ਨੂੰ ਕੋਈ ਠੱਲ ਨਹੀਂ ਪਈ ਬਿਲਕੁਲ ਇਹ ਇਦਾਂ ਸਮਝ ਲਓ ਕਿ ਇਹਨਾਂ ਨੂੰ ਰਾਜਨੀਤੀ ਹੀ ਉਸਾਰਦੀ ਆ ਹੂੰ ਆਪਣੇ ਫਾਇਦੇ ਲਈ ਬਣਾਉਂਦੀ ਆ ਜਦੋਂ ਇਹ ਉਸਰ ਜਾਂਦੇ ਨੇ ਫਿਰ ਇਹਨਾਂ ਨੂੰ ਆਪਣੀ ਤਾਕਤ ਵੱਧ ਲੱਗਦੀ ਆ ਫਿਰ ਉਹੀ ਰਾਜਨੀਤੀ ਇਹਨਾਂ ਨੂੰ ਮੱਥੇ ਟੇਕਦੀ ਆ ਜਦੋਂ ਅੱਤ ਹੋ ਜਾਂਦੀ ਆ ਜਦੋਂ ਇਹ ਉਸੇ ਰਾਜਨੀਤੀ ਨੂੰ ਆਪਣਾ ਫਨ ਦਿਖਾਉਂਦੇ ਨੇ ਫਿਰ ਉਹੀ ਰਾਜਨੀਤੀ ਇਹਨਾਂ ਨੂੰ ਕੁਚਲਦੀ ਆ ਤੇ ਬਾਅਦ ਵਿੱਚ ਫਿਰ ਰਾਜਨੀਤੀ ਆਪਣੇ ਸਿਰ ਲੈਂਦੀ ਆ ਕਿ ਅਦਾਲਤਾਂ ਨੇ ਇਹਨਾਂ ਨੂੰ ਸਜ਼ਾ ਦਿੱਤੀ ਤੇ ਸਾਰਾ ਕੁਝ ਹੋ ਗਿਆ ਜਾ ਇਦਾਂ ਸਮਝ ਲਓ ਕਿ ਜੇ ਅਸੀਂ ਇਹਨੂੰ ਦੂਸਰੇ ਤਰੀਕੇ ਨਾਲ ਦੇਖੀਏ ਤੇ ਅੱਜ ਤਾਲਿਬਾਨ ਜਿਹਨੂੰ ਅਸੀਂ ਕਹਿੰਦੇ ਆ ਓਸਾਮ ਬਨ ਲਾਦੀਨ ਦੀ ਅਸੀਂ ਗੱਲ ਕਰੀਏ ਜਾਂ ਤਾਲਿਬਾਨ ਦੀ ਹੁਣ ਸਰਕਾਰ ਦੀ ਗੱਲ ਕਰੀਏ ਕਦੇ ਅਮਰੀਕਾ ਹੀ ਇਹਨਾਂ ਨੂੰ ਪੁਚਕਾਰਦਾ ਸੀ ਬਿਲਕੁਲ ਰਸ਼ੀਆ ਦੇ ਖਿਲਾਫ ਲੜਨ ਲਈ ਕਿਉਂਕਿ ਰਸ਼ੀਆ ਨਾਲ ਅਫਗਾਨਿਸਤਾਨ ਦਾ ਬਾਰਡਰ ਸੀ ਜਦੋਂ ਓਸਾਮ ਬਨ ਲਾਦੀਨ ਦਾ ਜਿਹੜਾ ਗੁੱਟ ਸੀ ਉਹ ਤਾਕਤਵਰ ਹੋਇਆ ਰਸ਼ੀਆ ਕਮਜ਼ੋਰ ਹੋਇਆ ਰਸ਼ੀਆ ਤੇ ਅਮਰੀਕਾ ਦੀ ਜਿਹੜੀ ਜੰਗ ਸੀ ਉਹਦੇ 'ਚ ਠਹਿਰਾਵ ਆਇਆ ਫਿਰ ਲਦੀਨ ਨੇ ਦੇਖਿਆ ਕਿ ਸਾਨੂੰ ਤੇ ਇਹ ਬੰਦੇ ਵਰਤਦੇ ਸੀ ਉਹ ਘਟਨਾ ਸਾਰੀ ਅਸੀਂ ਸਾਰੇ ਜਾਣਦੇ ਹਾਂ ਪੰਜਾਬ ਵਿੱਚ ਬਹੁਤ ਕੁਝ ਇਹੋ ਜਿਹਾ ਵਾਪਰ ਚੁੱਕਿਆ ਜਿੱਥੇ ਰਾਜਨੀਤੀ ਸਮਝ ਲੱਗਦੀ ਸੀ ਕਿ ਕਿਹਨੂੰ ਕਿਹਨੂੰ ਉਠਾ ਰਹੀ ਆ ਜਦੋਂ ਉਹ ਆਪਣੇ ਸਿਰ ਤੇ ਸਰਕਾਰ ਨੂੰ ਅੱਖਾਂ ਦਿਖਾਉਣ ਲੱਗਿਆ ਫਿਰ ਉਹਨੂੰ ਕਿਸ ਤਰੀਕੇ ਨਾਲ ਕੁਚਲ ਦਿੱਤਾ ਗਿਆ ਤੇ ਉਹ ਜਿਹੜੇ ਸੱਲ ਨੇ ਪੰਜਾਬੀਆਂ ਦੇ ਨਜ਼ਰ ਦੇ ਵਿੱਚ ਅੱਜ ਵੀ ਜ਼ਖਮ ਜਿਹੜੇ ਨੇ ਉਹ ਲੋਕਾਂ ਦੇ ਸੀਨਿਆਂ ਤੇ ਹੱਲੇ ਵੀ ਰਿਸਦੇ ਨੇ ਇਸੇ ਤਰੀਕੇ ਦੇ ਨਾਲ ਇਹ ਜਿਹੜੇ ਡੇਰੇ ਨੇ ਇਹ ਅਸਲ 'ਚ ਰਾਜਨੀਤੀ ਦੀ ਹੀ ਪਦائش ਨੇ ਇਹਦੇ ਵਿੱਚ ਹੋਰ ਬਹੁਤ ਸਾਰੇ ਕਾਰਨ ਨੇ ਲੋਕਾਂ ਦੀ ਅਨਪੜਤਾ ਵੀ ਹੈ ਬਿਲਕੁਲ ਤੇ ਲੋਕਾਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਰੁਝੇ ਹੋਣਾ ਵੀ ਉਹਦੇ 'ਚ ਕਾਰਨ ਆ ਤੇ ਬਹੁਤਿਆਂ ਦਾ ਬਹੁਤ ਵਿਹਲੇ ਹੋਣਾ ਵੀ ਉਹਦੇ 'ਚ ਕਾਰਨ ਸੋ ਆਪਾਂ ਉਸ ਚੱਕਰ 'ਚ ਨਾ ਪਈਏ ਗੱਲ ਅਸੀਂ ਕਰੀਏ ਗੁਰਮੀਤ ਰਾਮ ਰਹੀਮ ਸਿੰਘ ਦਾ ਨਾਮ ਹੀ ਬੜਾ ਲੰਬਾ ਸਾਰੇ ਧਰਮਾਂ ਨੂੰ ਸਾਰੇ ਧਰਮਾਂ ਨੂੰ ਨੇ ਉਹ ਇੱਕ ਖਾਸ ਤਰੀਕੇ ਦੀ ਜਿਹੜੀ ਇੱਕ ਆਪਣੀ ਇਹ ਵੀ ਰਾਜਨੀਤੀ ਕੀਤੀ ਗਈ ਹੈ ਇਹ ਵੀ ਇੱਕ ਰਾਜਨੀਤੀ ਕੀਤੀ ਹੋਈ ਆ ਹੂੰ ਇਸ ਬਾਬੇ ਤੇ ਜਦੋਂ ਕੋ ਵੱਡੇ ਇਲਜ਼ਾਮ ਲੱਗਣੇ ਸ਼ੁਰੂ ਹੋਏ ਜੇ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤੁਸੀਂ ਪੰਜਾਬ ਦਾ ਹਰਿਆਣੇ ਦਾ ਜਾਂ ਦਿੱਲੀ ਦਾ ਕੋਈ ਲੀਡਰ ਦਾ ਨਾਮ ਲੈ ਦਿਓ ਗੂਗਲ ਸਰਚ ਕਰ ਲਓ ਤੇ ਉਹਦੀ ਫੋਟੋ ਤੁਹਾਨੂੰ ਡੇਰੇ ਦੇ ਗੇਟ ਤੇ ਵੀ ਮਿਲਣਗੀਆਂ ਤੇ ਗੇਟ ਦੇ ਅੰਦਰ ਵੀ ਮਿਲਣਗੀਆਂ ਪੰਜਾਬ ਦੇ ਮੇਰਾ ਖਿਆਲ ਆ ਸਾਰੇ ਹੀ ਐਮ ਐਲ ਏ ਐਮ ਪੀ ਜਿਹੜੇ ਨੇ ਉੱਥੇ ਮੱਥਾ ਕਈ ਵਾਰ ਟੇਕ ਆਈ ਨਹੀਂ ਤੇ ਇਹ ਬਾਹਰ ਕਈਆਂ ਨੂੰ ਘੰਟਾ-ਘੰਟਾ ਖੜਾਈ ਵੀ ਰੱਖਦਾ ਮਿਲਦੇ ਵੀ ਨਹੀਂ ਸੀ ਬਾਬਾ ਜੀ ਤੇ ਖਾਸ ਤੌਰ ਤੇ ਮਾਲਵੇ ਦੇ ਉਹ ਜ਼ਿਲ੍ਹੇ ਜਿਹੜੇ ਹਰਿਆਣੇ ਦੇ ਨਾਲ ਨਾਲ ਲੱਗਦੇ ਆ ਉੱਥੇ ਤੇ ਇਹਨਾਂ ਦਾ ਵੱਡਾ ਜਿਹੜਾ ਆ ਪ੍ਰਭਾਵ ਬਹੁਤ ਸਾਰੀਆਂ ਸੀਟਾਂ ਤੇ ਕਿਹਾ ਜਾਂਦਾ ਕਿ ਜਦੋਂ ਬਾਬਾ ਜੀ ਆਸ਼ੀਰਵਾਦ ਦੇ ਦਿੰਦੇ ਆ ਤੇ ਜਿਹੜੇ ਉਹਨਾਂ ਦੇ ਭਗਤ ਨੇ ਉਹ ਉਧਰ ਵੋਟਾਂ ਪਾ ਦਿੰਦੇ ਨੇ ਤੇ ਇਹ ਜੜੀ ਸਾਰੀ ਖੇਡ ਆ ਉਹ ਖੇਡੀ ਜਾਂਦੀ ਆ ਜੀ ਤੇ ਰੋਲਾ ਫਿਰ ਪਿਆ ਜਦੋਂ ਬਾਬਾ ਜੀ ਦੀ ਗੁਫਾ ਦੇ ਬਾਰੇ ਚ ਅੰਦਰੋਂ ਡੇਰੇ ਤੋਂ ਲੋਕਾਂ ਨੇ ਦੱਸਣਾ ਸ਼ੁਰੂ ਕੀਤਾ ਜਦੋਂ ਅਤ ਹੋਣੀ ਸ਼ੁਰੂ ਹੋਈ ਕਿਉਂਕਿ ਅਸੀਂ ਜਾਣਦੇ ਹਾਂ ਕਿ ਮਨੁੱਖੀ ਮਨ ਜਿਹੜਾ ਆ ਉਹਨੂੰ ਸਾਧਣੇ ਲਈ ਬਹੁਤ ਲੰਬੀ ਤਪੱਸਿਆ ਜਾਂ ਇੱਕ ਵੱਖਰੀ ਤਰ੍ਹਾਂ ਦੀ ਜੀਵਨ ਸ਼ੈਲੀ ਹੋਵੇ ਫੇਰ ਹੀ ਉਹ ਬਚਦਾ ਹੂੰ ਬਿਲਕੁਲ ਜਿਹਦੇ ਲਈ ਫਿਰ ਅਸੀਂ ਸਾਧੂ ਹੋਣ ਦੀ ਗੱਲ ਕਰਦੇ ਹਾਂ ਜਾਂ ਫਿਰ ਜਿਹੜੀ ਆਮ ਜ਼ਿੰਦਗੀ ਹੈ ਇਹਨੂੰ ਛੱਡ ਕੇ ਇਕਾਂਤ ਵਾਸ ਜਾਂ ਸੰਨਿਆਸ ਚ ਜਾਣ ਦੀਆਂ ਗੱਲਾਂ ਕਰਦੇ ਹਾਂ ਤੇ ਜਦੋਂ ਇਹੋ ਜਿਹੇ ਬਾਬਿਆਂ ਦੇ ਕੋਲ ਅਥਾਹ ਪੈਸਾ ਹੂੰ ਅਥਾਹ ਸ਼ਕਤੀ ਥਾ ਰਾਜਨੀਤਿਕ ਪਹੁੰਚ ਆ ਜਾਏ ਫਿਰ ਰੱਬ ਕਿੱਥੇ ਚੇਤੇ ਰਹਿੰਦਾ ਬਿਲਕੁਲ ਜਦੋਂ ਬੰਦੇ ਕੋਲ ਰੱਜ ਕੇ ਪੈਸਾ ਹੋਵੇ ਰੱਜ ਕੇ ਉਹਦੀ ਤਾਕਤ ਹੋਵੇ ਉਹਦੀ ਉਹਦੇ ਕਹਿਣ ਤੇ ਐਮ ਐਲ ਏ ਐਮ ਪੀ ਬੈਠਦੇ ਉੱਠਦੇ ਹੁਣ ਉਹਨੂੰ ਰੱਬ ਕਿੱਥੇ ਯਾਦ ਆਉਣਾ ਉਹ ਤੇ ਰੱਬ ਨੂੰ ਟੱਬ ਦੱਸਦਾ ਬਿਲਕੁਲ ਫਿਰ ਉਹ ਚਿੱਠੀਆਂ ਜਿਹੜੀਆਂ ਆ ਲੋਕਾਂ ਨੇ ਲਿਖ ਲਿਖ ਕੇ ਪੱਤਰਕਾਰਾਂ ਨੂੰ ਪਾਈਆਂ ਕਤਲ ਕੇਸਾਂ ਦੀਆਂ ਗੱਲਾਂ ਸਾਹਮਣੇ ਆਈਆਂ ਫਿਰ ਉਹ ਉਹਨਾਂ ਦੇ ਡਰਾਈਵਰ ਨੇ ਬੋਲਣਾ ਸ਼ੁਰੂ ਕੀਤਾ ਛਤਰਪਤੀ ਰਾਮ ਚੰਦਰ ਛਤਰਪਤੀ ਇੱਕ ਪੱਤਰਕਾਰ ਉਹਦੇ بیٹے ਨੇ ਕੇਸ ਕੀਤਾ ਉਹ ਸਾਰੀਆਂ ਗੱਲਾਂ ਜਦੋਂ ਸਾਹਮਣੇ ਆਈਆਂ ਤੇ ਅਗਸਤ 17 ਦੇ ਵਿੱਚ ਜਸਟਿਸ ਜਗਦੀਪ ਸਿੰਘ ਜਿਹੜੇ सीबीआई ਕੋਰਟ ਦੇ ਸਪੈਸ਼ਲ ਜੱਜ ਸੀ ਉਹਨਾਂ ਨੇ ਇਹਨਾਂ ਨੂੰ ਜਦੋਂ 20 ਸਾਲ ਦੀ ਸਜ਼ਾ ਸੁਣਾਈ ਤੇ ਸਾਰਾ ਹੀ ਪੰਚਕੂਲਾ ਜਿਹੜਾ ਆ ਉਹਨੂੰ ਇਦਾਂ ਅੰਸਾ ਜਿਦਾਂ ਉਹ ਪਾਕਿਸਤਾਨ ਦਾ ਬਾਰਡਰ ਹੋਵੇ ਇੰਨੀ ਆਰਮੀ ਇੰਨੀ ਪੁਲਿਸ ਇੰਨੀ ਸਪੈਸ਼ਲ ਫੋਰਸਸ ਜਿਹੜੀਆਂ ਉੱਥੇ ਲਾਈਆਂ ਗਈਆਂ ਸੀ ਉਸ ਤੋਂ ਬਾਅਦ ਹਰਿਆਣਾ ਸਰਕਾਰ ਦਾ ਤਮਾਸ਼ਾ ਫਿਰ ਦੇਖਿਆ ਗਿਆ ਜਦੋਂ ਉਸ ਬਾਬੇ ਨੂੰ ਪੰਚਕੂਲੇ ਤੋਂ ਸੁਨਾਰੀਆ ਲਿਜਾਣ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਗਿਆ ਬਿਲਕੁਲ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਗਿਆ ਨਾਲ ਦੀ ਨਾਲ ਉਹਦੇ ਚ ਇੱਕ ਸੀਟ ਰਾਖਮੀ ਰੱਖੀ ਗਈ ਜਿਹਦੇ ਚ ਉਹਨੇ ਇੱਕ ਨਾਲ ਆਪਣੀ ਜਿਹੜੀ ਮੂੰਹ ਬੋਲੀ ਬੇਟੀ ਕਹਿ ਲੋ ਜੋ ਵੀ ਕਹਿ ਲੋ ਇੱਕ ਔਰਤ ਨੂੰ ਵੀ ਉਹਨੇ ਨਾਲ ਸਫ਼ਰ ਕਰਵਾਇਆ ਹਣੀਪ੍ਰੀਤ ਹਣੀਪ੍ਰੀਤ ਉਹ ਕਈ ਦਿਨ ਅਸੀਂ ਸਾਰੀਆਂ ਉਹ ਜਿਹੜਾ ਤਮਾਸ਼ਾ ਅਸੀਂ ਦੇਖਿਆ ਉੱਥੇ ਪੰਚਕੂਲੇ ਦੇ ਵਿੱਚ ਜਿਹੜੇ ਭਗਤਾਂ ਦੀ ਭੀੜ ਉਹਨਾਂ ਦੇ ਡਾਂਗ ਫਿਰਦੀ ਤੇ ਉਹਨਾਂ ਦੇ ਬੁਰੇ ਹਾਲ ਹੁੰਦੇ ਦੇਖੇ ਉਦੋਂ ਵੀ ਅਸੀਂ ਇਹੀ ਗੱਲਾਂ ਕਰਦੇ ਸੀ ਕਿ ਇਹ ਲੋਕ ਜਿਹੜੇ ਆ ਇਹ ਕਦੋਂ ਸਮਝਣਗੇ 21ਵੀਂ ਸਦੀ 'ਚ ਵੀ ਇਹ 14ਵੀਂ 15ਵੀਂ ਸਦੀ ਦੇ ਲੋਕ ਜਿਹੜੇ ਆ ਜੀਵਨ ਬਤੀਤ ਕਰ ਰਹੇ ਨੇ ਬਿਲਕੁਲ ਅਗੇਨ ਫਿਰ ਕਿਉਂਕਿ ਬਾਬੇ ਦੇ ਕੇਸਾਂ ਦੀ ਲੜੀ ਬੜੀ ਲੰਬੀ ਆ ਹਾਲੇ ਕਈ ਕੇਸ ਚੱਲਦੇ ਹੋਣੇ ਨੇ ਹਾਲੇ ਵੀ ਤੇ ਹੁਣ ਜਿਹੜਾ ਅੱਜ ਇੱਕ ਫੈਸਲਾ ਸੁਰੱਖਿਅਤ ਰੱਖਿਆ ਗਿਆ ਦੋਸ਼ੀ ਉਹਨੂੰ ਮੰਨ ਲਿਆ ਗਿਆ ਆ ਅਦਾਲਤ ਨੇ ਸੀਬੀਆਈ ਦੀ ਹੀ ਕੋਰਟ ਨੇ ਤੇ ਉਹਦੇ ਚ ਉਹਨੂੰ ਕਿਹਾ ਗਿਆ ਕਿ ਉਹ ਮਰਡਰ ਦਾ ਜਿਹੜਾ ਦੋਸ਼ੀ ਆ ਰਣਜੀਤ ਸਿੰਘ ਜਿਹੜਾ ਉਸੇ ਡੇਰੇ ਦਾ ਮੈਨੇਜਰ ਸੀ ਕੁਰੂਖੇਤਰ ਦੇ ਹਲਕੇ ਦਾ ਰਹਿਣ ਵਾਲਾ ਸੀ ਤੇ ਉਹਨੂੰ 2002 ਦੇ ਵਿੱਚ ਗੋਲੀਆਂ ਮਾਰਤੀਆਂ ਗਈਆਂ ਸੀ ਉਸ ਕੇਸ ਦੇ ਵਿੱਚ ਉਹਨੂੰ ਦੋਸ਼ੀ ਮੰਨ ਲਿਆ ਗਿਆ ਤੇ 12 ਤਰੀਕ ਨੂੰ ਆਉਣ ਵਾਲੀ 4 ਦਿਨਾਂ ਬਾਅਦ ਉਹਨੂੰ ਜਿਹੜੀ ਸਜ਼ਾ ਸੁਣਾਈ ਜਾਵੇਗੀ ਤੇ ਹੁਣ ਦੇਖਿਆ ਜਾਵੇਗਾ ਕਿ ਉਹ ਉਮਰ ਕੈਦ ਸੁਣਾਈ ਜਾਂਦੀ ਆ ਜਾਂ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਆ ਨਹੀਂ ਤੇ ਆਉਣ ਵਾਲਾ ਸਮਾਂ ਜਿਹੜਾ ਬਾਬੇ ਦਾ ਆ ਉਹ ਉਸੇ ਜੇਲ੍ਹ ਦੇ ਵਿੱਚ ਤੇ ਬੀਤਣਾ ਨਿਸ਼ਚਿਤ ਆ ਪਰ ਤੁਸੀਂ ਇੱਕ ਗੱਲ ਹੋਰ ਦੇਖੋ ਕੀ ਸਿਆਸਤ ਇਸ ਗੱਲ ਤੋਂ ਕੋਈ ਸੇਧ ਲੈ ਰਹੀ ਆ ਹਾਲੇ ਵੀ ਕੀ ਬਾਬੇ ਦੀ ਜਿਹੜੀ ਜੇਲ੍ਹ ਦੇ ਵਿੱਚ ਜ਼ਿੰਦਗੀ ਆ ਉਹ ਕਿਵੇਂ ਦੀ ਆ ਤੁਸੀਂ ਜਦੋਂ ਉਧਰ ਉਹਦੇ ਵੱਲ ਕੋਖਪੀੜ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਬਾਬਾ ਹਾਲੇ ਵੀ ਭਾਵੇਂ ਜੇਲ੍ਹ 'ਚ ਜ਼ਰੂਰ ਆ ਆਮ ਲੋਕਾਂ ਨਾਲੋਂ ਕਿਤੇ ਵਧੀਆ ਜ਼ਿੰਦਗੀ ਬਿਤਾ ਰਹੇ ਆ ਕਿਤੇ ਵਧੀਆ ਜ਼ਿੰਦਗੀ ਜਿਹੜੀ ਆ ਉਹ ਬਤਾਈ ਜਾ ਰਹੀ ਹੈ ਤੇ ਲੋਕ ਉਸੇ ਤਰੀਕੇ ਨਾਲ ਹੀ ਬਾਬੇ ਦੇ ਹਾਲੇ ਵੀ ਭਗਤ ਬਣੇ ਹੋਏ ਨੇ ਹਾਲਾਂਕਿ ਡੇਰੇ ਦਾ ਕਾਰੋਬਾਰ ਜਿਹੜਾ ਬਿਜ਼ਨਸ ਹੈਗਾ ਉਹ ਪਹਿਲਾਂ ਨਾਲੋਂ ਬਹੁਤ ਘਟ ਗਿਆ ਹੋਵੇਗਾ ਪਰ ਲੀਡਰਾਂ ਦਾ ਜੇਲ੍ਹ ਚ ਜਾਣਾ ਵੇਲੇ ਕਵੇਲੇ ਹੱਲੇ ਵੀ ਜਾਰੀ ਹੈ ਆ ਇਲੈਕਸ਼ਨ ਤੁਸੀਂ ਆਉਣੀ ਆ ਥੋੜੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਤੇ ਫਿਰ ਇਹੀ ਬਾਬਾ ਜਿਹੜਾ ਚਰਚਾ ਚ ਰਹੇਗਾ ਜੇ ਕਿਤੇ ਸਰਕੀਆਂ ਚ ਰਹਿਆ ਵੀ ਸਰਕੀਆਂ ਚ ਰਹੇਗਾ ਜੇ ਕਿਤੇ ਜਦੋਂ ਤੁਸੀਂ ਬਾਬਾ ਕਹ ਰਹੇ ਹੋ ਨਾ ਉਦੋਂ ਮੈਨੂੰ ਉਦੋਂ ਮੈਨੂੰ ਬੜੀ ਵਧੀਆ ਫੀਲਿੰਗ ਆ ਰਹੀ ਹੈ ਕਿ ਸ਼ਾਇਦ ਮੈਨੂੰ ਲੱਗਦਾ ਕਿ ਕਿਤੇ ਹੱਥ ਜੋੜ ਕੇ ਮੱਥਾ ਟੇਕਣ ਵਾਲਾ ਬਾਬਾ ਹੈ ਦੇਖੋ ਤਰਾਸਦੀਆ ਜੀ ਇਹ ਸਾਡੀ ਤਰਾਸਦੀ ਅਸੀਂ ਕਹਿ ਸਕਦੇ ਹਾਂ 75 ਸਾਲ ਦੀ ਆਜ਼ਾਦੀ ਦੇ ਬਾਅਦ ਵੀ ਇਹ ਤਰਾਸਦੀ ਹੈ ਬਿਲਕੁਲ ਤੁਸੀਂ ਇਹਨੂੰ ਬਾਬਾ ਕਹਿ ਲਓ ਇਹਨੂੰ ਗੁੰਡਾ ਕਹਿ ਲਓ ਇਹਨੂੰ ਰਾਮ ਰਹੀਮ ਕਹਿ ਲਓ ਇਹਨੂੰ ਸੰਤ ਕਹਿ ਲਓ ਇਹ ਤਾਂ ਸੋ ਕਾਲਡ ਹੈ ਨਾ ਜੋ ਮਰਜ਼ੀ ਜਿਹੜਾ ਮਰਜ਼ੀ ਆਪਣੇ ਨਾਮ ਹੋਰੇ ਨਾਮ ਲਾਈ ਫਿਰਦਾ ਬਿਲਕੁਲ ਪਰ ਜੋ ਅਸਲ ਚ ਹੈ ਉਹ ਤਾਂ ਉਹ ਹੈ ਹੀ ਉਹ ਤਾਂ ਉਹੀ ਹੈ ਪਰ ਇਸ ਗੱਲ ਨੂੰ ਸਿੱਧ ਕਰਨ ਨੂੰ ਅਦਾਲਤਾਂ ਨੂੰ ਕਿੰਨੇ ਕਿੰਨੇ ਸਾਲ ਲੱਗਦੇ ਨੇ 2002 ਚ ਉਹਨੇ ਕਿਸੇ ਨੂੰ ਗੋਲੀ ਮਾਰੀ ਤੇ 2021 ਚ ਹੂੰ 19 ਸਾਲ ਬਾਅਦ ਇਸ ਗੱਲ ਦਾ ਫੈਸਲਾ ਹੋਇਆ ਹਾਲ ਹੀ ਇਹ ਸਪੈਸ਼ਲ ਕੋਰਟ ਆ ਉਸ ਤੋਂ ਬਾਅਦ ਉਹਨੇ ਹਾਈ ਕੋਰਟ ਜਾਣਾ ਆ ਫਿਰ ਸੁਪਰੀਮ ਕੋਰਟ ਜਾਣਾ ਆ ਕੁਝ ਸਾਲ ਉਹਦੇ ਫਿਰ ਸੌਖੇ ਜਿਹੜੇ ਆ ਉਹ ਲੰਘ ਜਾਣੇ ਜੀ ਪਰ ਅਸੀਂ ਉਸੇ ਗੱਲ ਦੀ ਗੱਲ ਕਰਦੇ ਹਾਂ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਹਮ ਬਿਲਕੁਲ ਤੇ ਸਰਕਾਰਾਂ ਇਹ ਸਾਰੀਆਂ ਚੀਜ਼ਾਂ ਜਾਣਦੀਆਂ ਨੇ ਸਾਰੀਆਂ ਚੀਜ਼ਾਂ ਬੁੱਝਦੀਆਂ ਨੇ ਸਾਰਾ ਕੁਝ ਉਹਨਾਂ ਨੂੰ ਪਤਾ ਆ ਬਹੁਤ ਕੁਝ ਜੇ ਚਾਹਣ ਤੇ ਇਹ ਸਰਕਾਰਾਂ ਜੇ ਇਹਨਾਂ ਦੀ ਨੀਤ ਤੇ ਨੀਤੀ ਸਾਫ਼ ਹੋਵੇ ਤੇ ਬਹੁਤ ਸੌਖੇ ਆ ਜਿਹੜਾ ਕੀਤਾ ਜਾ ਸਕਦਾ ਜੀ ਅਸੀਂ ਇਸੇ ਗੱਲ ਦੀ ਗੱਲ ਕਰੀਏ ਇਹ ਤੇ ਇੱਕ ਬਾਬੇ ਵਾਲੀ ਗੱਲ ਆ ਜਾਂ ਸਾਧੂ ਭੇਸ ਦੇ ਵਿੱਚ ਰਹਿਣ ਵਾਲੇ ਬੰਦੇ ਦੀ ਗੱਲ ਆ ਅਸੀਂ ਗੈਂਗਸਟਰਾਂ ਦੀ ਗੱਲ ਕਰਦੇ ਆ ਜੀ ਕੋਈ ਵੱਡੀ ਘਟਨਾ ਘਟਦੀ ਆ ਤੇ ਤੀਜੇ ਚੌਥੇ ਦਿਨੋਂ ਬੰਦਾ ਜਿਹੜਾ ਮਾਰ ਮੁਕਾਇਆ ਜਾਂਦਾ ਕਹਾਣੀ ਖਤਮ ਕਰ ਦਿੰਦੇ ਤੇ ਉਦਾਂ ਠਾਣਿਆਂ 'ਚ ਇਹਨਾਂ ਕੋਲ ਲਿਸਟਾਂ ਬਣੀਆਂ ਪਈਆਂ ਵੀ ਸਾਡੇ ਕੋਲ 21 A ਸਟਾਰ ਆ ਤੇ ਇੰਨੇ B ਸਟਾਰ ਆ ਤੇ ਇੰਨੇ C ਸਟਾਰ ਆ ਕੋਈ ਨਹੀਂ ਪੁੱਛਦਾ ਕੋਈ ਨਹੀਂ ਫੜਦਾ ਵੱਡੇ ਬੰਦੇ ਫਰਾਰ ਹੋ ਜਾਂਦੇ ਇਹਨਾਂ ਕੋਲ ਉਹ ਫੜੇ ਨਹੀਂ ਜਾਂਦੇ ਕਰ ਕਰਕੇ ਜਿਹੜੀਆਂ ਕਹਾਣੀਆਂ ਉਹਨਾਂ ਨੂੰ ਲਟਕਾਇਆ ਜਾਂਦਾ ਮੁਕਾਇਆ ਜਾਂਦਾ ਤੇ ਹੁਣ ਇਹੋ ਜਿਹਾ ਬਾਬੇ ਨੂੰ ਜਿਹੜੀ ਇੱਕ ਸਜ਼ਾ ਮ ਫੇਰ ਵੀ ਚੰਗੀ ਗੱਲ ਆ ਕਿ ਜਿਹੜੀ ਸਜ਼ਾ ਆ ਉਹਨੂੰ ਮਿਲ ਰਹੀ ਆ ਕੇਸ ਸਾਬਤ ਹੋਇਆ ਹਲੇ ਹੋਰ ਕੇਸ ਨੇ ਇਸ ਬਾਬੇ ਦਾ ਆਉਣ ਵਾਲਾ ਜਿਹੜਾ ਸਮਾਂ ਆ ਉਹ ਹਨੇਰੇ 'ਚ ਹੀ ਆ ਤੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਇਹਨਾਂ ਬਾਬਿਆਂ ਦੀ ਬਜਾਏ ਜੇ ਤੁਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲੋ ਕਿਸੇ ਵੀ ਧਰਮ ਦੇ ਜਿਹੜੇ ਨਿਯਮ ਨੇ ਉਹਨਾਂ ਨੂੰ ਅਪਣਾਓ ਭਗਤੀ ਕਿਸੇ ਦੀ ਨਾ ਕੀਤੀ ਜਾਵੇ ਭਗਤੀ ਸਿਰਫ ਵਿਚਾਰ ਦੀ ਕੀਤੀ ਜਾਵੇ ਸਹੀ ਥੌਟ ਦੀ ਕੀਤੀ ਜਾਵੇ ਚੰਗੇ ਕੰਮ ਕੀਤੇ ਜਾਣ ਉਹ ਚੰਗੀ ਗੱਲ ਆ ਕੋਈ ਵੀ ਤੁਹਾਨੂੰ ਕਿਸੇ ਰਸਤੇ ਤੇ ਰਾਸਤਾ ਤਾਂ ਦੱਸ ਸਕਦਾ ਚੱਲਣਾ ਤੁਰਨਾ ਤੁਸੀਂ ਆ ਛੋਟੀ ਛੋਟੇ ਫਾਇਦਿਆਂ 'ਚ ਅਸੀਂ ਕਿਸੇ ਡੇਰੇ ਤੋਂ ਬਣੇ ਹੋਏ ਪੈਸਿਆਂ ਦੇ ਵਿੱਚ ਜਾਂ ਕਿਸੇ ਲਾਲਚ ਦੇ ਵਿੱਚ ਜਾਂ ਕਿਸੇ ਆਪਣੀ ਗਰੀਬਤੀ ਦੇ ਵਿਆਹ ਦੇ ਵਿੱਚ ਜਾਂ ਕਿਸੇ ਛੋਟੇ ਛੋਟੇ ਮਾਮਲਿਆਂ 'ਚ ਕਈ ਵਾਰ ਫਸ ਕੇ ਅਸੀਂ ਆਪਣੀ ਜ਼ਿੰਦਗੀ ਵੀ ਖਰਾਬ ਕਰਦੇ ਆ ਤੇ ਇਹੋ ਜਿਹੇ ਲੋਕਾਂ ਨੂੰ ਸ਼ਹਿ ਵੀ ਅਸੀਂ ਲੋਕ ਹੀ ਦਿੰਨੇ ਆ ਬਿਲਕੁਲ ਬਿਲਕੁਲ ਸ਼ਰਮਾ ਜੀ ਜੇ ਅਸੀਂ ਗੱਲ ਕਰੀਏ ਕਿ ਜਿਹੜੇ ਲੋਕ ਆ ਉਹਨਾਂ ਨੂੰ ਕਾਫੀ ਜ਼ਿਆਦਾ ਉਮੀਦ ਰਹਿੰਦੀ ਆ ਕੀ ਜਿਹੜੀਆਂ ਅਦਾਲਤਾਂ ਨੇ ਜਿਹੜੀਆਂ ਸਰਕਾਰਾਂ ਨੇ ਉਹ ਸਾਨੂੰ ਨਿਆਂ ਦੇਣਗੀਆਂ ਤੇ ਇਸ ਕੇਸ ਦੀ ਜੇ ਅਸੀਂ ਗੱਲ ਕਰ ਲਈਏ ਤਾਂ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਉਹਨਾਂ ਲੋਕਾਂ ਨੂੰ ਜ਼ਰੂਰ ਖੁਸ਼ੀ ਹੁੰਦੀ ਹੋएगी ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਇਹ ਹਾਲ ਕਰ ਦਿੱਤਾ ਗਿਆ ਸੋ ਇਹ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਵਾਗਤ ਹੈ ਸੋ ਸ਼ਰਮਾ ਜੀ ਮੈਨੂੰ ਲੱਗਦਾ ਹੁਣ ਰਾਮ ਰਹੀਮ ਤੋਂ ਬਾਅਦ ਅਸੀਂ ਸਿੱਧਾ ਜੇ ਜੰਮੂ ਕਸ਼ਮੀਰ ਦਾ ਰੁਖ ਕਰ ਲਈਏ ਬਿਕੋਜ਼ ਉੱਥੇ ਬੀਤੇ ਦਿਨ ਕਾਫੀ ਮੰਦਭਾਗੀ ਘਟਨਾਵਾਂ ਉੱਤੇ ਫੇਰ ਵਾਪਰੀ ਹੈ ਹਾਲਾਂਕਿ ਜੰਮੂ ਕਸ਼ਮੀਰ ਦੇ ਵਿੱਚ ਆਤੰਕੀ ਘਟਨਾਵਾਂ ਜਿਹੜੀਆਂ ਉਹ ਕਾਫੀ ਦਿਨ ਤੋਂ ਹੁੰਦੀਆਂ ਰਹੀਆਂ ਨੇ ਪਰ ਫਿਰ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਕਿ ਧਾਰਾ 370 ਖਤਮ ਕਰ ਦਿੱਤੀ ਗਈ ਹੈ 35A ਤੇ ਉਹਨਾਂ ਨੇ ਕਿਹਾ ਕਿ ਹੁਣ ਇੱਥੇ ਜਿਹੜਾ ਵਾ ਉਹ ਇਨਸਾਨੀਅਤ ਦਾ ਰਾਜ ਹੋ ਜਾਏਗਾ ਤੇ ਜਮਹੂਰੀ ਜਿਹੜੇ ਲੋਕੀ ਲੋਕਾਂ ਦੇ ਹੱਕ ਨੇ ਉਹ ਉਹਨਾਂ ਨੂੰ ਦਿੱਤੇ ਜਾਣਗੇ ਬਾਵਜੂਦ ਇਸ ਦੇ ਬਹੁਤ ਸਾਰੀਆਂ ਬੀਤੇ ਦਿਨਾਂ ਤੋਂ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ ਨੇ ਤੇ ਬੀਤੇ ਕੱਲ ਵੀ ਇੱਕ ਸਕੂਲ ਦੇ ਵਿੱਚ ਦੋ ਅਧਿਆਪਕਾਂ ਨੂੰ ਗੋਲੀਆਂ ਮਾਰ ਕੇ ਸ਼ਰੀਆ ਮਾਰ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਜਿਨ੍ਹਾਂ ਲੋਕਾਂ ਨੇ ਜੰਮੂ ਕਸ਼ਮੀਰ ਦੇਖਿਆ ਜੀ ਤੇ ਉਹਨਾਂ ਨੇ ਦੁਨੀਆ ਦੇ ਕੋਈ ਹੋਰ ਸਾਰੇ ਸੋਹਣੇ ਮੁਲਕ ਦੇਖੇ ਹੋਣਗੇ ਤੇ ਉਹ ਇਸ ਗੱਲ ਦਾ ਫੈਸਲਾ ਕਰ ਸਕਦੇ ਆ ਕਿ ਇਹ ਘਾਟੀ ਦੁਨੀਆ ਦੀ ਸਭ ਤੋਂ ਸੋਹਣੀ ਜਗ੍ਹਾ ਹੈ ਬਿਲਕੁਲ ਜੰਨਤ ਹੈ ਕੁਦਰਤੀ ਤੌਰ ਤੇ ਜੰਨਤ ਹੈ ਹਮ ਅਲਮਾਇਕਬਾਲ ਦਾ ਉਹ ਸ਼ੇਰ ਵੀ ਆ ਕਿ ਜੇ ਦੁਨੀਆ ਦੇ ਉੱਤੇ ਕਿਤੇ ਸਵਰਗ ਆ ਤੇ ਅਮੀਂ ਹਸ ਤੋਂ ਅਮੀਂ ਹਸ ਤੋਂ ਅਮੀਂ ਹਸ ਤੋਂ ਬੇਸ਼ੁਮਾਰ ਖੂਬਸੂਰਤੀ ਹੈ ਹੂੰ ਬੇਸ਼ੁਮਾਰ ਚੰਗਾ ਮੌਸਮ ਆ ਬਿਲਕੁਲ ਬੇਸ਼ੁਮਾਰ ਚੰਗੇ ਲੋਕ ਆ ਹੂੰ ਪਰ ਅੰਗਰੇਜ਼ ਐਸੀ ਵੰਡ ਕਰਕੇ ਗਏ ਹੂੰ ਤੇ ਸਾਡੇ ਲੋਕਾਂ ਨੇ ਵਿੱਚੇ ਹੀ ਭਾਰਤ ਵਾਲਿਆਂ ਨੇ ਤੇ ਵਿੱਚੇ ਪਾਕਿਸਤਾਨ ਵਾਲਿਆਂ ਨੇ ਹੂੰ ਕਦੇ ਵੀ ਇੱਕ ਰੁਪਏ ਦੀ ਅਕਲ ਤੋਂ ਕੰਮ ਨਹੀਂ ਲਿਆ ਕਿ ਇਸ ਖਿੱਤੇ ਨੂੰ ਸੋਨਾ ਖਿੱਤਾ ਬਣਾਇਆ ਜਾਵੇ ਬਿਲਕੁਲ ਕੁਝ ਹਿੱਸਾ ਪਾਕਿਸਤਾਨ ਕੋਲ ਆ ਕੁਝ ਭਾਰਤ ਕੋਲ ਆ ਕੁਝ ਭਾਰਤ ਕਹਿੰਦਾ ਆ ਕਿ ਸਾਡੇ ਵਾਲਾ ਹਿੱਸਾ ਜਿਹੜਾ ਪੀਓਕੇ ਆ ਜਿਹਨੂੰ ਅਹੀ ਪਾਕਿਸਤਾਨ ਅਕੂਪਾਈਡ ਕਸ਼ਮੀਰ ਕਹਿੰਨੇ ਆ ਉਹਦੀ ਵੀ ਗੱਲ ਹੁੰਦੀ ਆ ਚਾਹੇ ਉਮਰ ਅਬਦੁੱਲਹ ਦੀ ਗੱਲ ਕਰ ਲਈਏ ਚਾਹੇ ਸ਼ੇਖ ਅਬਦੁੱਲਹ ਦੀ ਗੱਲ ਕਰ ਲਈਏ ਚਾਹੇ ਫਾਰਖ ਅਬਦੁੱਲਹ ਦੀ ਗੱਲ ਕਰ ਲਈਏ ਚਾਹੇ ਮੁਫਤੀ ਮੁਹੰਮਦ ਸੈਦ ਦੀ ਗੱਲ ਕਰ ਲਈਏ ਚਾਹੇ ਬੀਬਾ ਮੁਫਤੀ ਦੀ ਗੱਲ ਕਰ ਲਈਏ ਜੀ ਤੇ ਚਾਹੇ ਗਲਾਨੀ ਦੀ ਗੱਲ ਕਰ ਲਈਏ ਚਾਹੇ ਪ੍ਰੋਫੈਸਰ ਜਲਾਨੀ ਦੀ ਗੱਲ ਕਰ ਲਈਏ ਉਥੇ ਜਿੰਨੇ ਵੀ ਬੈਠੇ ਨੇ ਸਾਰਿਆਂ ਨੇ ਜਿਹੜੀਆਂ ਆ ਉਥੇ ਉਹ ਰੋਟੀਆਂ ਹੀ ਸੇਕੀਆਂ ਹੂੰ ਚਾਹੇ ਭਾਜਪਾ ਵਾਲੇ ਸਾਵਰਕਰ ਉਦੋਂ ਜਾਣਾ ਚਾਹੁੰਦੇ ਸੀ ਇਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਇਹਨਾਂ ਨੇ ਬੜਾ ਰੌਲਾ ਰੱਖਿਆ ਬਿਲਕ ਇਹਨਾਂ ਦੇ ਸੰਵਿਧਾਨ ਚ ਸ਼ਾਮਲ ਸੀ ਕਿ 370 ਨੂੰ ਅਸੀਂ ਖਤਮ ਕਰਨਾ ਆ ਤੇ ਉਹਨੂੰ ਸਪੈਸ਼ਲ ਸਟੇਟ ਨਹੀਂ ਬਣਾਉਣਾ ਇਹਨਾਂ ਨੇ ਵੀ ਆਪਣੀ ਮਰਜ਼ੀ ਕਰਕੇ ਦੇਖ ਲਈ 2 ਸਾਲ ਹੋ ਗਏ 2 ਸਾਲ ਤੋਂ ਵੀ ਮਹੀਨੇ ਦੋ ਉੱਪਰ ਹੋ ਗਏ ਅਗਸਤ 19 ਜਦੋਂ ਤੋਂ ਇਹਨਾਂ ਨੇ 370 ਤੋੜੀ ਉਥੇ ਉਸ ਤੋਂ ਬਾਅਦ ਇਹਨੂੰ ਸਟੇਟ ਦੇ ਦਰਜੇ ਤੋਂ ਛੱਡ ਕੇ ਮੁੜ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਲੇਹ ਲਦਾਖ ਜਿਹੜੇ ਬੰਦੇ ਕਹਿੰਦੇ ਨੇ ਕਿ ਜਿਨ੍ਹਾਂ ਨੇ ਲੇਹ ਲਦਾਖ ਨਹੀਂ ਦੇਖਿਆ ਉਹਨਾਂ ਨੇ ਦੁਨੀਆ ਦੇ ਪਹਾੜ ਨਹੀਂ ਦੇਖੇ ਇੰਨੇ ਖੂਬਸੂਰਤ ਜਗ੍ਹਾ ਆ ਮੈਂ ਆਪ ਤੋਕ ਵਾਰ ਘੁੰਮ ਕੇ ਆਇਆ ਦੁਨੀਆ ਦੀਆਂ ਤਿੰਨ ਸਭ ਤੋਂ ਉੱਚੀਆਂ ਸੜਕਾਂ ਜਿਹੜੀਆਂ ਮੋਟਰੇਬਲ ਰੋਡਸ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਸਾਰੀਆਂ ਉੱਥੇ ਨੇ ਕਰਦੁੰਗਲਾ ਤੰਗ ਲੰਗਲਾ ਤੇ ਸ਼ੰਗਲਾ ਨਾਮ ਉਹਨਾਂ ਦੇ ਦੋਰੀ ਭਾਸ਼ਾ ਦੇ ਨੇ ਤਾਂ ਹੀ ਚੀਨੀ ਕਹਿੰਦੇ ਸ਼ਾਇਦ ਕਿਤੇ ਸਾਡੀ ਹੋਈ ਹੈ ਕਿਉਂਕਿ ਨਾਮ ਹੀ ਇੰਦਾ ਨੇ ਇੰਨੀ ਇੱਕ ਸ਼ਾਂਤੀ ਆ ਇੰਨੇ ਇੱਕ ਮਾਹੌਲ ਆ ਇੰਨਾ ਕੁ ਵਧੀਆ ਮੌਸਮ ਆ ਜੀ ਪਰ ਇਨੀ ਇੱਕ ਰਾਜਨੀਤੀ ਉਥੇ ਜਿਹੜੀ ਹਾਵੀ ਆ ਕਿ ਕਤਲ ਗੋਲੀ ਬੰਬ ਉਥੇ ਆਮ ਘਟਨਾ ਬਿਲਕੁਲ ਅਸੀਂ ਜਦੋਂ ਉਥੋਂ ਗੁਜ਼ਰ ਰਹੇ ਸੀ ਜਦੋਂ ਇੱਕ ਵਾਰ ਅਸੀਂ ਗਏ ਤੇ ਸਾਨੂੰ ਰੋਕ ਲਿਆ ਗਿਆ ਸਾਡੀ ਗੱਡੀਆਂ ਰੋਕ ਲਈਆਂ ਗਈਆਂ ਪੁਲਿਸ ਉਥੇ ਲੱਗੀ ਹੋਈ ਸੀ ਅਸੀਂ ਪੁੱਛਿਆ ਕਿਸੇ ਨੂੰ ਕਿ ਕੀ ਹੋਇਆ ਤੇ ਪੁਲਿਸ ਵਾਲਾ ਕਹਿੰਦਾ ਬਿਠੇ ਰਹੋ ਅੱਗੇ ਬੰਬ ਧਮਾਕਾ ਹੋਇਆ ਹੂੰ ਤੇ ਸਾਡੇ ਲਈ ਉਹ ਵੱਡੀ ਗੱਲ ਸੀ ਤੇ ਉਹ ਨਾਰਮਲ ਘੁੰਮ ਰਹੇ ਸੀ ਕੁਝ ਨਹੀਂ ਹੋਇਆ ਬੰਬ ਪੜਾ ਤੇ 5-10 ਮਿੰਟ ਬਾਦ ਉਹ ਜਿਹੜੀ ਗੱਡੀ ਗੱਡੀ ਜੋ ਜਿੱਥੇ ਵੀ ਫਟਿਆ ਸੀ ਸਾਨੂੰ ਤੇ ਕੁਝ ਦਿਖਿਆ ਨਹੀਂ ਪਰ ਜਾਣ ਦਿੱਤਾ ਗਿਆ ਤੇ ਦੂਜੇ ਦਿਨ ਪਤਾ ਲੱਗਾ ਸੀ ਕਿ ਉੱਥੇ ਰੋਡ ਸਾਈਡ ਤੇ ਕਿਸੇ ਗੱਡੀ 'ਚ ਬੰਮ ਫਟਿਆ ਸੀ ਤੇ ਦੋ ਤਿੰਨ ਲੋਕ ਜਿਹੜੇ ਆ ਉਹ ਮਾਰੇ ਗਏ ਸੀ ਉਹ ਨਵਾਂ ਸੀ ਆਮ ਗੱਲ ਹੋ ਚੁੱਕੀ ਆਮ ਗੱਲ ਹੋ ਚੁੱਕੀ ਬਿਲਕੁਲ ਆਮ ਗੱਲ ਸ਼੍ਰੀਨਗਰ ਦੇ ਲਾਲ ਚੌਂਕ ਜਾਂ ਸ਼੍ਰੀਨਗਰ ਦੇ ਇਲਾਕਿਆਂ ਦੇ ਵਿੱਚ ਤੁਸੀਂ ਘੁੰਮ ਕੇ ਦੇਖੋ ਪਤਾ ਨਹੀਂ ਹੁੰਦਾ ਵੀ ਕਦੋਂ ਬੰਦ ਹੋ ਜਾਣੇ ਆ ਤੇ ਕਦੋਂ ਜਿਹੜੀ ਜ਼ਿੰਦਗੀ ਆ ਦੁਬਾਰਾ ਸ਼ੁਰੂ ਹੋ ਜਾਣੀ ਤੁਹਾਨੂੰ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਸ਼੍ਰੀਨਗਰ ਤੋਂ ਵਿਸਥਾਪਿਤ ਹੋ ਕੇ ਆਏ ਹੋਏ ਦੁਕਾਨਦਾਰ ਕਿਤੇ ਨ ਕੋਈ ਕਿਸੇ ਬਿਜ਼ਨਸ ਚ ਜਾਂ ਕੋਈ ਕਿਸੇ ਬਿਜ਼ਨਸ ਚ ਇਹ ਜਿਹੜੀ ਕੱਲ ਵਾਲੀ ਘਟਨਾ ਆ ਜੇ ਇਸ ਤੋਂ ਇੱਕ ਦਿਨ ਪਹਿਲਾਂ ਦੀ ਗੱਲ ਕਰੀਏ ਤੇ ਮਾਖਨ ਲਾਲ ਬਿੰਦਰੂ ਇੱਕ ਬ੍ਰਾਹਮਣ ਬੰਦੇ ਦੀ ਉੱਥੇ ਮੌਤ ਹੋਈ ਗੋਲੀਆਂ ਮਾਰੀਆਂ ਗਈਆਂ ਉਹਨੂੰ ਬਜ਼ੁਰਗ ਸੀ ਤੀਸਰੀ ਪੀੜ੍ਹੀ ਤੋਂ ਦਵਾਈਆਂ ਦੀ ਦੁਕਾਨ ਚਲਾ ਰਿਹਾ ਸੀ ਤੇ ਦੱਸਿਆ ਜਾਂਦਾ ਚੈਨਲ ਹੀ ਜਾਂ ਖਬਰਾਂ ਦੱਸਦੀਆਂ ਕਿ ਉਸ ਬੰਦੇ ਦੀ ਇੰਨੀ ਕੁ ਪੈਂਟ ਸੀ ਇੰਨੀ ਕੁ ਬੋਲਚਾਲ ਸੀ ਇੰਨਾ ਕੁ ਸਾਰਿਆਂ ਨਾਲ ਉਹਦਾ ਧਰਮਿਕਾ ਜਾਂ ਸਤਿਭਾਵ ਸੀਗਾ ਸਤਿਭਾਵਨਾ ਸੀ ਕਿ ਉਹਦੀ ਦੁਕਾਨ ਆਮ ਤੌਰ ਤੇ ਸ਼੍ਰੀਨਗਰ ਬੰਦ ਹੁੰਦੇ ਤੇ ਵੀ ਬੰਦ ਨਹੀਂ ਸੀ ਹੁੰਦੀ ਤੇ ਸ਼੍ਰੀਨਗਰ ਚ ਕਿਹਾ ਜਾਂਦਾ ਸੀਗਾ ਕਿ ਜੇ ਕੋਈ ਦਵਾਈ ਨਹੀਂ ਮਿਲਦੀ ਤੇ ਬਿੰਦਰੂ ਦੀ ਦੁਕਾਨ ਤੋਂ ਚਲੇ ਜਾ ਉੱਥੋਂ ਮਿਲ ਜਾਣੀ ਜੀ ਉਹਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤੇ ਉਹਨਾਂ ਦੀ ਬੇਟੀ ਦੇ ਜਿਸ ਤਰੀਕੇ ਦੇ ਬਿਆਨ ਵੱਖ-ਵੱਖ ਚੈਨਲਾਂ ਤੋਂ ਦਿਖਾਏ ਗਏ ਉਹ ਕਹਿੰਦੀ ਸੀ ਕਿ ਤੁਸੀਂ ਮੇਰੇ ਬਾਪ ਨੂੰ ਤੇ ਗੋਲੀਆਂ ਮਾਰ ਕੇ ਮਾਰ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਸਿਰਫ ਗਾਨ ਆ ਪਰ ਤੁਸੀਂ ਉਹਨਾਂ ਦੇ ਵਿਚਾਰ ਜਿਹੜੀ ਆ ਉਹਨੂੰ ਨਹੀਂ ਮਾਰ ਸਕਦੇ ਉਹ ਜੇ ਸ਼ਾਂਤੀ ਚਾਹੁੰਦੇ ਸੀ ਤੇ ਉੱਥੇ ਸ਼ਾਂਤੀ ਜਿਹੜੀ ਆ ਹੋ ਕੇ ਰਵੇਗੀ ਬੜਾ ਔਖਾ ਹੁੰਦਾ ਆ ਇਹ ਗੱਲਾਂ ਕਰ ਦੇਣੀਆਂ ਆਪਣੇ ਕਿਸੇ ਖਾਸ ਦੇ ਮਰ ਜਾਣ ਤੋਂ ਬਾਅਦ ਫਿਰ ਨਾਲ ਦੀ ਨਾਲ ਉਸੇ ਦਿਨ ਇੱਕ ਗਰੀਬ ਗੋਲ ਗੱਪਿਆਂ ਦੀ ਰੇੜੀ ਵਾਲੇ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਤੇ ਉਹ ਹੱਲੇ ਘਟਨਾ ਚੱਲਦੀ ਸੀ ਤੇ ਕੱਲ ਜਿਹੜੀ ਘਟਨਾ ਹੋਰ ਹੋਈ ਆ ਕਿ ਇੱਕ ਮਿਲੀਟੈਂਟ ਜਿਹੜੇ ਆ ਉਹ ਇੱਕ ਸਕੂਲ ਦੇ ਵਿੱਚ ਗਏ ਉੱਥੇ ਜਾ ਕੇ ਉਹ ਬੁਆਇਜ਼ ਦਾ ਸਕੈਂਡਰੀ ਹਾਇਰ ਸਕੈਂਡਰੀ ਸਕੂਲ ਸੀ ਉੱਥੇ ਜਾ ਕੇ ਉਹਨਾਂ ਨੇ ਆਈ ਕਾਰਡ ਸਟਾਫ ਦੇ ਚੈੱਕ ਕੀਤੇ ਜੀ ਇੱਕ ਸਿੱਖ ਪ੍ਰਿੰਸੀਪਲ ਸੀ ਸੁਪਿੰਦਰ ਕੌਰ ਉਹਨਾਂ ਦਾ ਨਾਮ ਤੇ ਇੱਕ 38 ਸਾਲ ਦਾ ਮੁੰਡਾ ਜਿਹੜਾ ਹਿੰਦੂ ਪਰਿਵਾਰ ਨਾਲ ਸੀ ਦੀਪਕ ਚੰਦ ਉਹਨਾਂ ਦੀਆਂ ਪੁਆਇੰਟ ਬਲੈਂਕ ਰੇਂਜ ਤੋਂ ਬਿਲਕੁਲ ਲਾਗਿਓਂ ਗੋਲੀ ਮਾਰ ਕੇ ਤੇ ਹੱਤਿਆ ਜਿਹੜੀ ਆ ਉਹ ਕਰ ਦਿੱਤੀ ਗਈ ਸੋ ਇਹ ਜਿਹੜਾ ਹਿੰਸਾ ਦਾ ਆਲਮ ਆ ਉਹਦੇ ਪਿੱਛੇ ਕੀ ਕੀ ਹੈ ਕੀ ਕੀ ਨਹੀਂ ਬਹੁਤ ਸਾਰੀ ਰਾਜਨੀਤੀ ਆ ਜੀ ਤੇ ਅਸੀਂ ਜਾਣਦੇ ਹਾਂ ਕਿ ਇਸਲਾਮਿਕ ਅੱਤਵਾਦ ਜਾਂ ਮੁਸਲਿਮ ਅੱਤਵਾਦ ਤੁਸੀਂ ਇਹਨੂੰ ਕਹਿ ਲਓ ਬਹੁਤ ਸਾਰੇ ਲੋਕ ਇਦਾਂ ਕਹਿਣ ਤੋਂ ਇਤਰਾਜ਼ ਵੀ ਪ੍ਰਗਟ ਕਰਨਗੇ ਹੂੰ ਤੇ ਅਸੀਂ ਬਹੁਤ ਤਰ੍ਹਾਂ ਦਾ ਅੱਤਵਾਦ ਪੰਜਾਬ ਦੇ ਵਿੱਚ ਵੀ ਭੋਗਿਆ ਦੇਖਿਆ ਤੇ ਹੁਣ ਜੰਮੂ ਕਸ਼ਮੀਰ 'ਚ ਦੇਖ ਰਹੇ ਹਾਂ ਤੇ ਪੰਜਾਬ ਹਿੰਦੁਸਤਾਨ ਦੀਆਂ ਹੋਰ ਵੀ ਕਈ ਸਟੇਟਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ ਜੀ ਸ਼ਰਮਾ ਜੀ ਜਿਹੜੀ ਕੱਲ ਦੀ ਘਟਨਾ ਹੋਈ ਹੈ ਕੀ ਤੁਹਾਨੂੰ ਲੱਗਦਾ ਕਿ ਇੱਕ ਖਾਸ ਤਰੀਕੇ ਦੇ ਨਾਲ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉੱਥੇ ਹਮੇਸ਼ਾ ਇਦਾਂ ਹੁੰਦਾ ਹੁਣ ਕਹੌਣ ਨਹੀਂ ਕੀਤਾ ਜਾ ਰਿਹਾ ਹਮੇਸ਼ਾ ਇਦਾਂ ਹੁੰਦਾ ਕਿਉਂਕਿ ਤੁਹਾਡੇ ਅੰਤਰਰਾਸ਼ਟਰੀ ਸਬੰਧ ਤੁਹਾਡੇ ਨਾਲ ਦੀਆਂ ਕੰਟਰੀਆਂ ਨਾਲ ਕਿਹਾ ਜਾਏ ਨੇ ਤੁਸੀਂ 370 ਨੂੰ ਖਤਮ ਕਰ ਲਿਆ ਇਸ ਗੱਲ ਦੇ ਵਿੱਚ ਸਿਰਫ ਔਰ ਸਿਰਫ ਬੀਜੇਪੀ ਦੀ ਸਰਕਾਰ ਨੂੰ ਦੋਸ਼ੀ ਨਹੀਂ ਠਰਾਇਆ ਜਾ ਸਕਦਾ ਅੰਤਰਰਾਸ਼ਟਰੀ ਤੌਰ ਤੇ ਵੀ ਕੁਝ ਕਾਰਨ ਨੇ ਪਾਕਿਸਤਾਨ ਕਿਉਂਕਿ ਪੋਕੇ ਲਈ ਫਿਰਦਾ ਲਈ ਲਈ ਬੈਠਾ ਪਾਕਿਸਤਾਨ ਅਕੂਪਾਈਡ ਕਸ਼ਮੀਰ ਭਾਰਤ ਦੇ ਨਕਸ਼ੇ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਜਦੋਂ ਹਿੰਦੁਸਤਾਨ ਭਾਰਤ ਦੀ ਹਿੰਦੁਸਤਾਨ ਦੀ ਵੰਡ ਹੁੰਦੀ ਆ ਭਾਰਤ ਤੇ ਪਾਕਿਸਤਾਨ ਵੱਖਰੇ ਵੱਖਰੇ ਹੁੰਦੇ ਨੇ ਤੇ ਉਹ ਲੀਕ ਤੋਂ ਬਾਅਦ ਵਿੱਚ ਉਹਨਾਂ ਕੋਲ ਸਾਡੇ ਕੁਝ ਇਲਾਕੇ ਨੇ ਅੰਤਰਰਾਸ਼ਟਰੀ ਦਬਾਅ ਤੋਂ ਬਾਅਦ ਫਿਰ ਅਸੀਂ ਉਸ ਤਰੀਕੇ ਤੇ ਉਸ ਪਾਸੇ ਨੂੰ ਨਹੀਂ ਤੋਰ ਸਕੇ ਇਸੇ ਤਰੀਕੇ ਨਾਲ ਆਕਸੀਚਨ ਚੀਨ ਦੇ ਕੋਲ ਬਹੁਤ ਸਾਰਾ ਇਲਾਕਾ ਹਿੰਦੁਸਤਾਨ ਦਾ ਹੈ ਸ਼ਾਂਤੀ ਬਣਾਉਣ ਦੀ ਗੱਲ ਕਰਨ ਵਾਲੇ ਜਾਂ ਨਿਮਰ ਰਹਿਣ ਵਾਲੇ ਦੇਸ਼ਾਂ ਦੇ ਨਾਲ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਪਰ ਉਸ ਏਰੀਆ ਨੂੰ ਛੱਡਣ ਤੋਂ ਬਾਅਦ ਭਾਵੇਂ ਵੀ ਉੱਥੇ ਜਿਹੜੀ ਸ਼ਾਂਤੀ ਆ ਉਹ ਨਹੀਂ ਹੋ ਸਕੀ ਬਿਲਕੁਲ ਹੁਣ ਉੱਥੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਉੱਥੇ ਕਿਉਂਕਿ ਲੋਕਤੰਤ੍ਰਿਕ ਸਰਕਾਰ ਨਹੀਂ ਹੈ ਤੇ ਉੱਥੇ ਆਰਮੀ ਦਾ ਜਿਹੜਾ ਬਹੁਤ ਉਹ ਹੈਗਾ ਬਹੁਤ ਦੇਰ ਬਾਅਦ ਹਾਲਾਂਕਿ ਇਦਾਂ ਦੀਆਂ ਘਟਨਾਵਾਂ ਹੋਈਆਂ ਪਰ ਫੇਰ ਵੀ ਜਿਹੜੀ ਸ਼ਾਂਤੀ ਆ ਉਹ ਖਿੱਤੇ ਦੇ ਵਿੱਚ ਹੋਣੀ ਚਾਹੀਦੀ ਹੈ ਉਹਦੇ ਲਈ ਫੇਰ ਸਰਕਾਰਾਂ ਨੂੰ ਦੂਜੀਆਂ ਸਰਕਾਰਾਂ ਨਾਲ ਵੀ ਜਿਹੜੀ ਗੱਲਬਾਤ ਕਰਨੀ ਚਾਹੀਦੀ ਹੈ ਪਾਕਿਸਤਾਨ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਆ ਉਹ ਹਾਲਾਂਕਿ ਸੋਚਦੀ ਆ ਕਿ ਮਾਹੌਲ ਠੀਕ ਰਵੇ Imran Khan ਨੂੰ ਪਾਕਿਸਤਾਨ ਦੀਆਂ ਪਿਛਲੀਆਂ ਸਰਕਾਰਾਂ ਦੇ ਮੁਕਾਬਲ ਤਨ ਚੰਗਾ ਸ਼ਾਸਕ ਜਾਂ ਇੱਕ ਕਟ ਕੱਟੜਵਾਦੀ ਦੇ ਤੌਰ ਤੇ ਦੇਖਿਆ ਜਾ ਰਿਹਾ ਪਰ ਫਿਰ ਵੀ ਉਥੇ ਜਿਹੜੀਆਂ ਕੱਟੜਵਾਦੀ ਤਾਕਤਾਂ ਨੇ ਜਿਨ੍ਹਾਂ ਨੂੰ ਉਥੇ ਸਿਸਟਮ ਕਿਹਾ ਜਾਂਦਾ ਜਾਂ ਜਿਨ੍ਹਾਂ ਨੂੰ ਉਥੇ ਇੱਕ ਵੱਖਰੇ ਤਰੀਕੇ ਨਾਲ ਦੇਖਿਆ ਜਾਂਦਾ ਕਿ ਸਰਕਾਰ ਦੇ باوجود ਇੱਕ ਪੈਰਲਲ ਸਰਕਾਰ ਉਥੇ ਚੱਲਦੀ ਹੈ ਜਿਹਦੇ ਵਿੱਚ ਆਰਮੀ ਦਾ ਬਹੁਤ ਵੱਡਾ ਰੋਲ ਦੇਖਿਆ ਜਾਂਦਾ ਸੋ ਇਹ ਅੰਤਰਰਾਸ਼ਟਰੀ ਦਬਾਅ ਵੀ ਹੈ ਤੇ ਪਰ ਗੱਲ ਤਾਂ ਉਹੀ ਹੈ ਕਿ ਖੂਨ ਤੇ ਖੂਨ ਹੈ ਚਾਹੇ ਉਹ ਅਤਵਾਦੀਆਂ ਦਾ ਡੁੱਲੇ ਤੇ ਚਾਹੇ ਉਹ ਆਮ ਲੋਕਾਂ ਦਾ ਡੁੱਲੇ ਤੇ ਫਾਇਦਾ ਉਹਦੇ ਵਿੱਚ ਸਿਰਫ ਔਰ ਸਿਰਫ ਸਿਆਸਤ ਕਰਨ ਵਾਲੇ ਲੋਕਾਂ ਦਾ ਇਦਾਂ ਨਹੀਂ ਹੋਣਾ ਚਾਹੀਦਾ ਜਿਵੇਂ ਕਸ਼ਮੀਰ ਦੇ ਵਿੱਚ ਜਿਹੜੀ ਜ਼ਿੰਦਗੀ ਆ ਉਹ ਆਮ-ਵਾਗ ਚੱਲਣੀ ਚਾਹੀਦੀ ਹੈ ਤੇ ਫਿਰ ਅੱਗੇ ਜੇ ਉਸ ਤੋਂ ਉਹਦਾ ਇੱਕ ਹੋਰ ਪਹਿਲੂ ਦੇਖੀਏ ਤੇ ਅਧਿਆਪਕਾਂ ਦਾ ਮਾਰ ਦਿੱਤੇ ਜਾਣਾ ਬਿਲਕੁਲ ਕੋਰਟ ਪਰਿਸਰ ਦੇ ਵਿੱਚ ਗੋਲੀਆਂ ਚੱਲ ਜਾਣਾ ਇਹ ਸਾਡੇ ਆਪਣੇ ਦੇਸ਼ ਲਈ ਵੀ ਇਹ ਜੜੀਆਂ ਚੀਜ਼ਾਂ ਆ ਉਹਨਾਂ ਨੂੰ ਤੁਸੀਂ ਇਦਾਂ ਦੇਖੋਗੇ ਤੇ ਫਿਰ ਸਰਕਾਰ ਵੱਲੋਂ ਲਾ ਐਂਡ ਆਰਡਰ ਦੀ ਵੀ ਜਿਹੜੀ ਹੈ ਉਹ ਕਮੀ ਦੇਖੀ ਜਾਂਦੀ ਹੈ ਬਿਲਕੁਲ ਜਮਹੂਰੀਅਤ ਦੀਆਂ ਸੀ ਇੱਕ ਤਰ੍ਹਾਂ ਇਹ ਕਹਿ ਸਕਦੇ ਆ ਕਿ ਇਹ ਤਾਂ ਖਿੱਲੀਆਂ ਉਡਾਂਦੇ ਜਮਹੂਰੀਅਤ ਦੀਆਂ ਇੱਕਦਮ ਬਿਲਕੁਲ ਵੱਡੇ ਲੀਡਰ ਉਹਨਾਂ ਦੇ ਸਾਰੇ ਬੜੇ ਲੰਬੇ ਸਮੇਂ ਤੱਕ ਨਜ਼ਰਬੰਦ ਰਹੇ ਆ ਆਰਮੀ ਦੇ ਕੋਲੋਂ ਏਰੀਆ ਆ ਫਿਰ ਵੀ ਇਹੋ ਜਿਹੀਆਂ ਘਟਨਾਵਾਂ ਹੋ ਜਾਣੀਆਂ ਫਿਰ ਇਹ ਉਸ ਤਰੀਕੇ ਨਾਲ ਵੀ ਇਹਨਾਂ ਨੂੰ ਦੇਖਿਆ ਜਾਵੇਗਾ ਕਿ ਇਹਦੇ ਵਿੱਚ ਫਿਰ ਕਿਤੇ ਕੋਈ ਅੰਦਰੂਨੀ ਸਿਆਸਤ ਦਾ ਰੋਲ ਵੀ ਦੇਖਿਆ ਜਾਵੇਗਾ ਅਸੀਂ ਕਿਸੇ ਵੀ ਚੀਜ਼ ਨੂੰ ਬਿਲਕੁਲ ਸਿੱਧਾ ਪੁਆਇੰਟ ਆਊਟ ਨਹੀਂ ਕਰ ਸਕਦੇ ਕਿਉਂਕਿ ਹਾਲੇ ਤੱਕ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਪਸ਼ਟ ਤੇ ਸਾਫ਼ ਨਹੀਂ ਹਨ ਪਰ ਫਿਰ ਵੀ ਬਹੁਤ ਸਾਰੇ ਲੋਕ ਇਹਨਾਂ ਘਟਨਾਵਾਂ ਨੂੰ ਬੀਤੇ ਦੀਆਂ ਘਟਨਾਵਾਂ ਨਾਲ ਜੋੜ ਕੇ ਦੇਖਣਗੇ ਜਿੱਥੋਂ ਫਿਰ ਸੰਕੇਤ ਜਿਹੜੇ ਨੇ ਉਹ ਫੁੱਟਦੇ ਨੇ ਜਾਂ ਸ਼ੰਕਾ ਜਿਹੜੀ ਆ ਉਹਨਾਂ ਦਾ ਅਭਾਸ ਜਿਹੜਾ ਆ ਉਹ ਹੁੰਦਾ ਬਿਲਕੁਲ ਹੁਣ ਕੇਂਦਰ ਨੇ ਤਾਂ ਪਤਾ ਨਹੀਂ ਕੀ ਸੋਚ ਕੇ ਕਿ ਕਸ਼ਮੀਰ ਦੇ ਵਿੱਚ ਧਾਰਾ ਜਿਹੜੀ ਹੈ 370 ਜਿਹੜੀ ਉਹਨਾਂ ਨੇ ਉਹ ਖਤਮ ਕੀਤੀ ਹੈ ਤੇ ਪਰ ਕਹਿਣ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਜੋ ਸੋਚਦੀ ਹੈ ਕਿ ਉਹ ਕਰਦੀ ਹੈ ਹੁਣ ਜੇ ਅਸੀਂ ਗੱਲ ਕਰੀਏ ਤਾਂ ਇਹ 40000 ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸਟੇਟਸ ਨੂੰ ਭੇਜ ਦਿੱਤਾ ਗਿਆ ਜਾਰੀ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਇਹਦੇ ਵਿੱਚ ਸਰਕਾਰ ਕੀ ਦਿਖਾਣਾ ਚਾਹੁੰਦੀ ਹੈ ਬਿਲਕੁਲ ਤੁਸੀਂ ਦੱਸਿਆ ਕਿ ਕੇਂਦਰ ਸਰਕਾਰ ਜੋ ਸੋਚਦੀ ਆ ਉਦਾਂ ਕਰਦੀ ਨਹੀਂ ਜਾਂ ਉਦਾਂ ਹੁੰਦਾ ਨਹੀਂ ਤਾਰਾ 370 ਨੂੰ ਟੋੜਨ ਨਾਲ ਜਾਂ ਨਾ ਟੋੜਨ ਨਾਲ ਆਮ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਮ ਲੋਕਾਂ ਨੂੰ ਤਾਂ ਇਹ ਆ ਕਿ ਸਾਨੂੰ 8 ਘੰਟੇ ਦਾ ਕੰਮ ਤੇ ਉਸ ਤੋਂ ਬਾਅਦ ਜਿਹੜੇ 16 ਘੰਟੇ ਬਚਦੇ ਨੇ ਉਹ ਚੈਨ ਦੀ ਜ਼ਿੰਦਗੀ ਮਿਲਣੀ ਚਾਹੀਦੀ ਹੈ ਜ਼ਿੰਦਗੀ ਦੀਆਂ ਬੇਸਿਕ ਲੋੜਾਂ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਉਹ ਸਰਕਾਰਾਂ ਦਾ ਫਰਜ ਹੈ ਜੇ ਅਸੀਂ ਅਗਲੇ ਸਵਾਲ ਦੀ ਗੱਲ ਕਰੀਏ ਤੁਸੀਂ 40000 ਕਰੋੜ ਦੀ ਗੱਲ ਕੀਤੀ ਜੀਐਸਟੀ ਦੇ ਮਾਲੀਏ ਦੇ ਵਿੱਚ ਜਿਹੜੀ ਕਮੀ ਸੀ ਕੇਂਦਰ ਸਰਕਾਰ ਨੂੰ ਲੱਗਿਆ ਕਿ ਰਾਜ ਸਰਕਾਰਾਂ ਨੂੰ ਕੁਝ ਮਾਲੀਆ ਘੱਟ ਮਿਲਿਆ ਉਹਦੇ ਰੂਪ ਦੇ ਵਿੱਚ ਉਹਨਾਂ ਨੇ ਇੱਕ 40000 ਕਰੋੜ ਰੁਪਏ ਦੀ ਕਿਸ਼ਤ ਜਾਰੀ ਕੀਤੀ ਹੈ ਜਿਹੜੀ ਕਿ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਕਰਜ਼ੇ ਦੇ ਰੂਪ ਵਿੱਚ ਦਿੱਤੀ ਹੈ ਇਸੇ ਤਰੀਕੇ ਨਾਲ ਉਹ 105000 ਕਰੋੜ ਰੁਪਈਆ ਪਹਿਲਾਂ ਵੀ ਦੇ ਚੁੱਕਿਆ ਜਾਂ ਇਹਨਾਂ ਨੂੰ ਮਿਲਾ ਕੇ ਇੰਨਾ ਕੁ ਰੁਪਈਆ ਉਹ ਸਰਕਾਰਾਂ ਜਿਹੜੀਆਂ ਆ ਉਹ ਦੇ ਚੁੱਕੀਆਂ ਜੇਕਰ ਅਸੀਂ ਇਸ ਮੌਜੂਦਾ ਸਰਕਾਰ ਦੀ ਇਕਨੋਮਿਕ ਪਾਲਿਸੀ ਦੀ ਗੱਲ ਕਰੀਏ ਤੇ ਹੁਣ ਤੱਕ ਲਗਭਗ ਹਰ ਮੁਹਾਜ ਤੇ ਫੇਲ ਸਾਬਤ ਹੋਇਆ ਜਿੰਨੀਆਂ ਇੱਕ ਯੋਜਨਾਵਾਂ ਇਹਨਾਂ ਨੇ ਆਰੰਭੀਆਂ ਜਿੰਨੇ ਕੁ ਉਦਘਾਟਨ ਇਹਨਾਂ ਨੇ ਕੀਤੇ ਜਿੰਨੇ ਇੱਕ ਨਾਮ ਲੈ ਲੈ ਕੇ ਇਹਨਾਂ ਨੇ ਯੋਜਨਾਵਾਂ ਕੀਤੀਆਂ ਕੋਈ ਮੁਦਰਾ ਯੋਜਨਾ ਕੋਈ ਕੁਸ਼ ਯੋਜਨਾ ਕੋਈ ਸਵਾਲੰਬੀ ਯੋਜਨਾ ਜਲ ਜੀਵਨ ਮਿਸ਼ਨ ਸ਼ੁਰੂ ਕਰ ਦਿੱਤਾ ਜਲ ਜੀਵਨ ਮਿਸ਼ਨ ਉਹ ਸਾਰੀਆਂ ਜਿਹੜੀਆਂ ਆ ਫਲੌਪ ਜਦੋਂ ਅਸੀਂ ਕੋਵਿਡ ਦੀ ਗੱਲ ਕਰੀਏ ਤੇ ਕੋਵਿਡ ਦੇ ਦੌਰਾਨ ਜੀਐਸਟੀ ਦੇ ਵਿੱਚ ਕਮੀ ਜ਼ਰੂਰ ਆਈ ਪਰ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਨੇ ਉਹ ਪੈਸੇ ਡਾਇਰੈਕਟ ਲੋਕਾਂ ਨੂੰ ਦਿੱਤੇ ਤਾਂ ਕਿ ਜਿਹੜਾ ਪੈਸਾ ਸਰਕੂਲੇਟ ਹੋਵੇ ਹਮ ਪਰ ਇਸ ਸਰਕਾਰ ਦੇ ਕੋਲ ਪਤਾ ਨਹੀਂ ਕਿਹੜੇ ਆਰਥਿਕ ਮਾਰ ਨੇ ਇਹਨਾਂ ਨੇ ਕਰਜ਼ਾ ਹੀ ਜਿਹੜਾ ਆ ਲੋਕਾਂ ਨੂੰ ਦਿੱਤਾ ਤੇ ਕਰਜ਼ਾ ਹੀ ਸਕੇਂਦਰ ਸਰਕਾਰ ਜਿਹੜੀ ਆ ਉਹ ਬੀਤੇ ਦੇ ਵਿੱਚ ਵੀ ਰਾਜ ਸਰਕਾਰਾਂ ਨੂੰ ਦਿੰਦੀ ਰਹੀ ਆ ਹਮ ਜਦੋਂ ਬਿਤੇ ਜੇ ਪੰਜਾਬ ਨਾਲ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਦੋਂ ਵੀ ਰਫੜ ਪਿਆ ਸੀਗਾ ਕਿ ਇਹਨਾਂ ਦਾ ਜਿਹੜਾ ਪੰਚਾਇਤੀ ਵਿਕਾਸ ਫੰਡ ਆ ਉਹ ਜਾਰੀ ਨਹੀਂ ਕੀਤਾ ਗਿਆ ਤੇ ਜੀਐਸਟੀ ਦੇ ਪੈਸੇ ਜਾਰੀ ਨਹੀਂ ਕੀਤੇ ਗਏ ਤੇ ਉਦੋਂ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਅਸੀਂ ਤੁਹਾਡਾ ਉਹ ਫੰਡ ਜਾਰੀ ਨਹੀਂ ਕਰ ਸਕਦੇ ਤੁਸੀਂ ਸਾਡੇ ਤੋਂ ਥੋੜਾ ਬਹੁਤ ਕਰਜ਼ਾ ਹੋਰ ਲੈ ਲਓ ਹੂੰ ਇਹਦੇ ਨਾਲ ਦੀ ਨਾਲ ਕੱਲ ਦੀ ਹੀ ਆਰਥਿਕ ਖੇਤਰ ਤੋਂ ਇੱਕ ਹੋਰ ਖਬਰ ਸੀ ਫਿਚ ਵਰਗੀਆਂ ਤੇ ਮੂਡੀਜ਼ ਵਰਗੀਆਂ ਸੰਸਥਾਵਾਂ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਤੇ ਦੇਸ਼ਾਂ ਦੀ ਰੇਟਿੰਗ ਜਾਰੀ ਕਰਦੀਆਂ ਉਹਨਾਂ ਨੇ ਜਿਹੜੀ ਭਾਰਤ ਦੀ ਰੇਟਿੰਗ ਆ ਉਹਦੇ ਵਿੱਚ ਕੁਝ ਸੁਧਾਰ ਜਿਹੜਾ ਆ ਉਹ ਦੱਸਿਆ ਜੀ ਉਹਨਾਂ ਨੇ ਕਿਹਾ ਕਿ ਕੋਵਿਡ ਤੋਂ ਸਥਿਤੀ ਤੋਂ ਬਾਅਦ ਜਿਹੜੀ ਅਰਥਵਿਵਸਥਾ ਆ ਉਹ ਕੁਝ ਸੁਧਾਰ ਵੱਲ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੀ ਜਿਹੜੀ ਰੇਟਿੰਗ ਆ ਉਹ ਸੁਧਰੇਗੀ ਪਰ ਨਾਲ ਦੀ ਨਾਲ ਵਰਲਡ ਬੈਂਕ ਨੇ ਜਿਹੜੀ ਆ ਉਹ ਰੇਟਿੰਗ ਦੇ ਵਿੱਚ ਸੁਧਾਰ ਕਰਨ ਦੀ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਨਹੀਂ ਹਾਲੇ ਅਸੀਂ ਇਹਨੂੰ ਕੁਝ ਹੋਰ ਸਮਾਂ ਦੇਖਣਾ ਚਾਹਾਂਗੇ ਹਾਲਾਂਕਿ ਕੋਈ ਬਹੁਤ ਲੰਬੇ ਸਮੇਂ ਦੀ ਗੱਲ ਨਹੀਂ ਹੁੰਦੀ ਇਹ 2 ਮਹੀਨੇ ਬਾਅਦ 3 ਮਹੀਨੇ ਬਾਅਦ ਜਾਂ ਕਈ ਵਾਰ ਮੰਥਲੀ ਰੇਟਿੰਗ ਵੀ ਦਿੰਦੇ ਨੇ ਜਾਂ ਸਾਲ 'ਚ 2-3 ਵਾਰ ਦਿੰਦੇ ਨੇ ਦੇਖਣਾ ਪਵੇ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਦੀਆਂ ਰੇਟਿੰਗਸ ਸੁਧਰਦੀਆਂ ਨੇ ਆਰਥਿਕ ਫਰੰਟ ਤੇ ਕੁਝ ਚੰਗੀ ਦੀ ਉਮੀਦ ਹੁੰਦੀ ਆ ਹਾਂ 40000 ਕਰੋੜ ਰੁਪਏ ਦਾ ਕਰਜ਼ਾ ਸਟੇਟਾਂ ਨੂੰ ਜ਼ਰੂਰ ਮਿਲ ਗਿਆ ਜੀ ਜੀ ਸ਼ਰਮਾ ਜੀ ਜੀ ਇਹ ਦੇਖਿਆ ਜਾਏ ਕਿ ਜਿਹੜੇ ਲੋਕ ਨੇ ਉਹਨਾਂ ਨੇ ਸੂਬਾ ਸਰਕਾਰ ਵੱਲ ਹੀ ਦੇਖਣਾ ਹੁੰਦਾ ਤੇ ਸੂਬਾ ਸਰਕਾਰ ਕੇਂਦਰ ਸਰਕਾਰ ਵੱਲ ਦੇਖੇਗੀ ਤੇ ਕੇਂਦਰ ਸਰਕਾਰ ਹੈ ਜਿਹੜੀ ਉਹ ਕੀ ਦਿੰਦੀ ਹੈ ਲੋਕਾਂ ਨੂੰ ਕਿ ਉਹਦੇ ਨਾਲ ਲੋਕਾਂ ਦਾ ਭਲਾ ਹੁੰਦਾ ਹੈ ਕਿ ਉਹ ਜਿਹੜਾ ਕਰਜ਼ਾ 40000 ਕਰੋੜ ਦਾ ਦਿੱਤਾ ਗਿਆ ਕਿ ਇਹਦੇ ਨਾਲ ਸੂਬਾ ਕੋਈ ਵੀ ਸੂਬਾ ਜਿ ਲਈਏ ਉਹ ਕੋਈ ਤਰੱਕੀ ਕਰੇਗਾ ਜਾਂ ਫਿਰ ਫਲॉप ਹੋ ਸਾਬਿਤ ਹੋਏਗਾ ਆਉਣ ਵਾਲਾ ਸਮਾਂ ਦੱਸੇਗਾ ਸੋ ਸ਼ਰਮਾ ਜੀ ਤੁਸੀਂ ਸਟੂਡੀਓ ਵਿੱਚ ਆਏ ਸਾਡੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕੀਤੇ ਇਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸ਼ੁਕਰੀਆ ਜੀ ਸੋ ਅਸੀ ਸਾਡਾ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ ਨਵੇਂ ਮੁੱਦਿਆਂ ਤੇ ਨਵੀਂ ਚਰਚਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ